ਐਨਆਈਏ ਨੇ ਕਿੰਨੇ ਘੰਟੇ ਤੋਂ ਡੁੱਟ ਤੋਂ ਪੁੱਛਗਿਛ ਕੀਤੀ ਇੱਕ ਦਿਨ ਲਗਭਗ ਸਾਢੇ 4 ਘੰਟੇ ਗੱਲਬਾਤ ਚੱਲਦੀ ਰਹੀ ਮੈਨੂੰ ਮੇਰੇ ਤੋਂ ਪੁੱਛ ਗਏ ਸੀ ਉਹਨਾਂ ਦੀ ਜਲਦੀ ਰਹੀ ਮਸਤ ਵਿੱਚ ਹੀ ਕੋਈ ਗੰਭੀਰ ਇਹੋ ਜੀ ਗੱਲ ਹੈਗੀ ਆ ਜਿਹਦੀ ਕਰਕੇ ਸਿੱਧਣਾ ਚਾਹੁੰਦੇ ਆ ਜਾਂ ਉਹਨੂੰ ਕੁ ਭੁਲੇਖਾ ਹੈ ਆਪ ਹੀ ਕਨਫਿਊਜ਼ਡ ਹੈ ਗਿਆ ਕਿਹੜੇ ਕੇਸ ਦੇ ਨਾਲ ਤੁਹਾਨੂੰ ਲਿੰਕ ਕਰਨ ਦੀ ਉਹਨਾਂ ਦੀ ਕੋਸ਼ਿਸ਼ ਸੀ ਜਿਹੜੇ ਤੁਸੀਂ ਕਹਿ ਰਹੇ ਹੋ ਬਹੁਤ ਗੰਭੀਰਤਾ ਨਾਲ ਸਾਡਾ ਤੁਹਾਡੇ ਵਕੀਲ ਨੇ ਕਹਿ ਵੀ ਜਾਣਾ ਬਣਦਾ 40 ਦੇ ਤਹਿਤ ਉਹਨਾਂ ਨੇ ਕੋਈ ਵਿਦੇਸ਼ ਦੇ ਵਿੱਚ ਰਹਿੰਦਾ ਗੁਰਪਤਮਨ ਸਿੰਘ ਪੰਨੂ ਨਾਂ ਦਾ ਵਿਅਕਤੀ ਹੈ ਜਿਹਦੇ ਨਾਂ ਤੇ ਉਹ ਕੀਤੀ ਗਈ ਆ ਉਹਨਾਂ ਨੇ ਪੁਛਗਿਸਤੂ ਪਹਿਲਾਂ ਹੀ ਮੈਨੂੰ ਦੱਸਿਆ ਕਿ ਇਸ ਵਿਅਕਤੀ ਨਾਲ ਸੰਬੰਧਿਤ ਅਸੀਂ ਗੱਲਬਾਤ ਕਰਨੀ ਚਾਹੁੰਨੇ ਆ ਇਹਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਹੋਵੇ ਤੁਹਾਡਾ ਕੋਈ ਲਿੰਕ ਹੋਵੇ ਉਹਦੇ ਉਹ ਅਸੀਂ ਲਿੰਕ ਲੱਭਣਾ ਚਾਹੁੰਨੇ ਆ ਉਹ ਤੋਂ ਬਾਰ-ਬਾਰ ਮੈਨੂੰ ਕਹਿੰਦੇ ਸੀ ਵੀ ਇਸ ਸੰਘਰਸ਼ ਦੇ ਸਬੰਧਤ ਅਸੀਂ ਨਾ ਕੁਝ ਪੁੱਛਣਾ ਚਾਹੁੰਨੇ ਆ ਨਾ ਤੁਹਾਨੂੰ ਇਹਦੇ ਕਰਕੇ ਬੁਲਾਇਆ ਤੁਸੀਂ ਇਹਦੇ ਕਰਕੇ ਨਾ ਕੋਈ ਵੀ ਗੱਲ ਨਿਆ ਕਰਿਓ ਤੋ ਕਿਉਂ ਚਾਰੇ ਸਿ ਵੀ ਇੰਟਰਨੈਸ਼ਨਲ ਕੋਈ ਫੰਡਿੰਗ ਹੋ ਰਹੀ ਹੈ ਇਸ ਦਾ ਖੁਲਾਸਾ ਹੋ ਜਾ ਕਿਉਂਕਿ ਇਹ ਗੱਲਬਾਤ ਤਾਂ ਪਹਿਲਾਂ ਵੀ ਬੀਜੇਪੀ ਵੱਲੋਂ ਕੀਤੀਆਂ ਜਾਂਦੇ ਨੇ ਵੀ ਫੰਡਿੰਗ ਕਿੱਥੋਂ ਆ ਰਹੀ ਆ ਲੰਗਰਾਂ ਲਈ ਪੈਸਾ ਕਿੱਥੋਂ ਆਉਂਦਾ ਇਹ ਸਾਨ ਸੰਘਰਸ਼ ਤੋਂ ਹੀ ਡਰਾਉਣਾ ਚਾਹੁੰਦੇ ਸੀ ਵੀ ਤੁਹਾਡੇ ਤੇ ਵੱਡੇ ਐਨਆਈਏ ਕੇਸ ਕਰ ਸਕਦੀ ਹੈ ਬੜੀਆਂ ਵੱਡੀਆਂ ਗੱਲਾਂ ਧਾਰਾਂ ਬਣ ਸਕਦੀਆਂ ਤੁਹਾਨੂੰ ਅੰਦਰ ਵੀ ਜਾਣਾ ਪੈ ਸਕਦਾ ਹੈ ਕੇਸ ਦੋਨਾਂ ਦੇ ਵਾਰੰਟ ਕੱਢੇ ਗਏ ਜਾਂ ਨੋਟਿਸ ਕੱਢੇ ਗਏ ਉਹ ਇਥੋਂ ਚਲੇ ਜਾਣ ਖੜਕ ਜਾਣ ਉਹਨਾਂ ਦੇ ਨਾਲ ਜਿੰਨਾ ਕੋਨਾ ਸਰਕਲ ਆ ਉਹ ਵੀ ਹੋਲੀਵੁੱਡ ਚਲਾ ਜਾਵੇਗਾ ਤੇ ਅਸੀਂ ਕਹਾਂਗੇ ਜਿਉਂ ਨਹੀਂ ਸੰਘਰਸ਼ ਸੰਘਰਸ਼ ਤੋਂ ਕਮਜ਼ੋਰ ਪੈ ਗਿਆ ਲੋਕ ਜਾਣਾ ਸ਼ੁਰੂ ਹੋ ਗਏ ਇਹਨਾਂ ਦਾ ਕਿਤੇ ਵੀ ਆਫਤ ਆਉਂਦੀ ਆ ਆਸਾਮ ਦੇ ਵਿੱਚ ਆਫਤ ਆਈ ਹਰਥਾਵਾ ਤੇ ਆਈ ਤੇ ਅਸੀਂ ਉੱਥੇ ਵੀ ਲੰਗਰ ਲਾਏ ਦਵਾਈਆਂ ਦੇ ਵੀ ਲਾਏ ਔਰ ਲੰਗਰ ਛਕਣ ਦੇ ਵੀ ਲਾਏ ਉਦੋਂ ਸਾਨੂੰ ਕਿਸੇ ਨੇ ਨਹੀਂ ਕਿਹਾ ਕਿਸੇ ਨੇ ਪੁੱਛਿਆ ਨਹੀਂ ਇਹ ਫੰਡ ਕਿੱਥੋਂ ਆਉਂਦੇ ਆ ਗੁਰਪਤਵੰਤ ਸਿੰਘ ਦਾ ਸਬੰਧ ਆ ਮੰਨੂ ਦਾ ਇਹਦੇ ਨਾਲ ਸਾਡੇ ਜੱਥੇਬੰਦੀ ਦਾ ਕੋਈ ਵਾਅ ਵਸਤਾ ਨਹੀਂ ਕੋਈ ਲਿੰਕ ਨਹੀਂ ਤੁਸੀਂ ਇਹਨਾਂ ਨੂੰ ਕਿਹਾ ਵੀ ਬਹੁਤ ਵੱਡੇ ਲੈਵਲ ਦੀ ਏਜੰਸੀ ਹੈ ਤੇ ਕੋਈ ਪੁਖਤਾ ਆਧਾਰ ਤੇ ਬੋਲਿਆ ਸਮਝ ਜਾਰੀ ਹੋਣੀ ਚਾਹੀਦੀ ਹੈ। ਇਹ ਦੇਖੋ ਹਿੰਦੁਸਤਾਨ ਲੈਵਲ ਦੀ ਵੱਡੀ ਏਜੰਸੀ ਆ। ਇਹਨਾਂ ਕੋਲ ਪੁਖਤਾ ਸਬੂਤ ਚਾਹੀਦੇ ਆ। ਹੰਡ ਕਿੱਥੋਂ ਆਉਂਦੇ ਆ? ਕੀ ਉਹਨਾਂ ਦੀ ਨਜਾਇਜ਼ ਵਰਤੋਂ ਕੀਤੀ ਜਾ ਰਹੀ ਹੈ? ਉਹਦੇ ਲਈ ਦੇਸ਼ ਨੂੰ ਕੀ ਖਤਰਾ ਹੈ? ਇਹ ਗੱਲਾਂ ਤੁਹਾਡੇ ਕੋਲ ਸਪਸ਼ਟ ਹੋਣੀਆਂ ਚਾਹੀਦੀਆਂ। ਤਾਂ ਕਿਸੇ ਨੂੰ ਬੁਲਾਓ। ਮੈਂ ਕਹਾਂ ਤੁਸੀਂ ਇਹ ਬਦਨਾਮ ਕਰਨ ਦਾ ਇੱਕ ਤੁਹਾਡਾ ਜਰੀਆ ਤਰੀਕਾ ਹੈ। ਇਹ ਇਹਦੇ ਨਾਲ ਕੋਈ ਚੰਗਾ ਮੈਸੇਜ ਨਹੀਂ ਜਾਏਗਾ ਸਾਡੇ ਲਈ। ਇਸ ਤੋਂ ਪਹਿਲਾਂ ਤੁਹਾਡਾ ਪਿਛੋਕੜ ISYF ਰ ਹੈ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜੋ ਕਿ ਇੱਕ ਟਾਈਮ ਬੈਨ ਵੀ ਰਹੀ ਸੀ ਤੇ ਬੈਨ ਹੋਣ ਕਾਰਨ ਹੀ ਸ਼ਾਇਦ ਤੁਸੀਂ ਇਹਦਾ ਨਾਮ ਬਦਲਾ ਹੈਗਾ ਕਿਉਂਕਿ ਇਹ ਤੁਹਾਡੀ ਆਰਗੇਨਾਈਜੇਸ਼ਨ ਤਾਂ ਹੀ ਕਰਕੇ NI ਦੇ ਰੜਾਤੇ ਆਈ ਹੈ ਮੈਨੂੰ ਡੀਟੇਲ ਪੁੱਛਿਆ ਗਿਆ ਵੀ ਸੰਤ ਲਾਵਾ ਜਰਨੈਲ ਸਿੰਘ ਖਾਲਸਾ ਜੀ ਨਾਲ ਤੁਸੀਂ ਪਰਿਵਾਰਕ ਤੌਰ ਤੇ ਕਿੰਨਾ ਚਿਰ ਰਏ ਘਰ ਵਿੱਚ ਤੇ ਪੁੱਛਦੇ ਉਸ ਦੇ ਸਮਾਪਤੀ ਤੇ ਵੀ ਉਹਨਾਂ ਨੇ ਇਸ ਢੰਗ ਨਾਲ ਸਲੂਕ ਕੀਤਾ ਵੀ ਸਾਡੇ ਵੱਲੋਂ ਤੁਹਾਨੂੰ ਕੋਈ ਹਰਾਸਮੈਂਟ ਤਾਂ ਨਹੀਂ ਹੋਈ ਮੈਂ ਕਹਿਆ ਵੀ ਇਨਾ ਕੁਝ ਕਰਨ ਤੋਂ ਦੁਨੀਆ 'ਚ ਤੁਸੀਂ ਗਲਤ ਕਰਤਾ ਦੁਨੀਆ 'ਚ ਨੋਟਿਸ ਕੱਟਦਾ ਦੁਨੀਆ 'ਚ ਦੱਸਦਾ ਕਿ ਇਹ ਵੀ ਘराती ਬੇਸਿਕਲੀ ਘराती ਤੇ ਹੁਣ ਤੁਸੀਂ ਚਾਹ ਦਾ ਕੱਪ ਪੀ ਆ ਕੇ ਕਹੋ ਵੀ ਥੋੜੀ ਬਦਨਾਮੀ ਤਾਂ ਨਹੀਂ ਹੋਈ ਤੁਹਾਨੂੰ ਫੀਲ ਤਾਂ ਨਹੀਂ ਹੋਇਆ ਕਿਸਾਨੀ ਸੰਘਰਸ਼ ਦੇ ਵਿੱਚ ਕਈ ਲੋਕ ਐਸੇ ਸੰ ਕਈ ਐਸੇ ਜਥੇਬੰਦੀਆਂ ਕਈ ਐਸੀ ਸ਼ਖਸੀਅਤਾਂ ਜਿਨ੍ਹਾਂ ਨੂੰ ਕੀ ਕੇਂਦਰੀ ਏਜੰਸੀਆਂ ਦੇਵੀ ਨਿਸ਼ਾਨੇ ਤੇ ਆਉਣਾ ਪਿਆ ਐਨਆਈਏ ਵੱਲੋਂ ਐਸੇ ਨੋਟਿਸ ਜਾਰੀ ਕੀਤੇ ਸਨ ਕੁਝ ਪੁਰਾਣੀਆਂ ਐਫਆਈਆਰਾਂ ਖਾਸ ਕਰਕੇ ਸਿੱਖ ਫੋਰ ਜਸਟਿਸ ਜਾਂ ਕੁਝ ਐਸੀਆਂ ਐਫਆਈਆਰਜ਼ ਦੇ ਵਿੱਚ ਇਹਨਾਂ ਲੋਕਾਂ ਨੂੰ ਨਾਮਜ਼ਦ ਕਰਕੇ ਜਾਂ ਇਹਨਾਂ ਨੂੰ ਨੋਟਿਸ ਜਾਂ ਸਮਨ ਦੇ ਜ਼ਰੀਏ ਐਨਆਈਏ ਦੇ ਦਫ਼ਤਰ ਬੁਲਾਇਆ ਗਿਆ ਬਹੁਤ ਸੇ ਆਗੂ ਜਾਂ ਬਹੁਤ ਸੇ ਕਿਰਦਾਰ ਐਸੇ ਸਨ ਜੋ ਕਿ ਇਹਨਾ ਪੇਸ਼ੀਆਂ ਤੇ ਨਹੀਂ ਗਏ ਜਾਂ ਉਹਨਾਂ ਨੂੰ ਸਮਨ ਜਿਹੜਾ ਐਨਆਈਏ ਵੱਲੋਂ ਭੇਜੇ ਗਏ ਸਨ ਉਹਨਾਂ ਤੇ ਨਹੀਂ ਗਏ ਲੇਕਿਨ ਬਹੁਤ ਸੇ ਐਸੇ ਲੋਕ ਵੀ ਨੇ ਜੋ ਕਿ ਐਨਆਈਏ ਕੋਲ ਜਾਇਆ ਹੈ ਐਨਆਈਏ ਦੇ ਨਾਲ ਜਦੋਂ ਗੱਲਬਾਤ ਹੁੰਦੀ ਹੈ ਐਨਆਈਏ ਕੀ ਪੁੱਛਗਿੱਛ ਕਰਦੀ ਹੈ ਉਸ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਜੀ ਰੋਡੇ ਸਾਹਿਬ ਇੰਟਰਨੈਸ਼ਨਲ ਪੰਥਕ ਦਲ ਤੋਂ ਹੈਗੇ ਨੇ ਕਿਉਂਕਿ ਇਹਨਾਂ ਨੂੰ ਵੀ ਐਨਆਈਏ ਦਾ ਨੋਟਿਸ ਆਇਆ ਸੀਗਾ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਆਂ ਕਿ ਉਸ ਵਕਤ ਜਦੋਂ ਕਿ ਨਿਤ ਰੋਜ਼ ਨਵੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹੈਗੀਆਂ ਨੇ ਕੱਲ ਵੀ ਅਸੀਂ ਵੇਖਿਆ ਵੀ ਕਿਸ ਤਰੀਕੇ ਨਾਲ ਕੁਝ ਲੋਕਾਂ ਨੂੰ ਸ਼ਰਾਰਤੀ ਮੰਤਵਾਂ ਦੇ ਨਾਲ ਇਸ ਮੂਵਮੈਂਟ ਦੇ ਵਿੱਚ ਸੰਘਰਸ਼ ਦੇ ਵਿੱਚ ਪਲਾਂਟ ਕਰਨ ਦੀ ਕੋਸ਼ਿਸ਼ਾਂ ਸਨ 26 ਜਨਵਰੀ ਨੂੰ ਕਤਲ ਕਿਤਨਾਮ ਕਰਾਂਦੀਆਂ ਕੋਸ਼ਿਸ਼ਾਂ ਸਨ ਉਸ ਹਾਲਾਤ ਦੇ ਵਿੱਚ ਏਜੰਸੀਆਂ ਦੀਆਂ ਸਾਜਸ਼ਾਂ ਜੋ ਮਰਜ਼ੀ ਹੋਣ ਲੇਕਿਨ ਬਹੁਤ ਸੇ ਲੋਕ ਖੁਦ ਵੀ ਇਨ ਏਜੰਸੀਆਂ ਦੇ ਰਡਾਰ ਤੇ ਨੇ ਜਾਂ ਐਨਆਈਏ ਦੇ ਰਡਾਰ ਤੇ ਨੇ ਐਨਆਈਏ ਤੋਂ ਕੀ ਪੁੱਛਗਿਛ ਹੋਈ ਭਾਈ ਸਾਹਿਬ ਬਹੁਤ-ਬਹੁਤ ਸਵਾਗਤ ਹੈ ਵਾਰਲਡ ਪੰਜਾਬ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦੀ ਤੁਹਾਡਾ ਵੀ ਰੋਡੇ ਸਾਹਿਬ ਇਹ ਜਾਨਣਾ ਚਾਹਾਂਗੇ ਵੀ ਐਨਆਈਏ ਨੇ ਕਿੰਨੇ ਘੰਟੇ ਤੁਹਾਡੇ ਤੋਂ ਪੁੱਛਗਿਛ ਕੀਤੀ ਕੀ ਮਸਲਾ ਸੀਗਾ ਤੁਹਾਨੂੰ ਕਿਹੜੇ ਕੇਸ ਦੇ ਵਿੱਚ ਉੱਥੇ ਬੁਲਾਇਆ ਗਿਆ ਸੀਗਾ ਤੇ ਗੱਲਬਾਤ ਕੀ ਹੋਈ ਐਨਆਈਏ ਦੇ ਨਾਲ ਐਨਆਈਏ ਮੈਨੂੰ ਨੋਟਿਸ ਜਾਰੀ ਕੀਤਾ ਸੀਗਾ ਲਗਭਗ 13 14 ਤਰੀਕ ਨੂੰ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਸੱਦੇ ਤੇ ਗਏ ਪਹਿਲੇ ਤਾਂ ਮੈਂ ਉਹਨਾਂ ਨੂੰ ਟੈਲੀਫੋਨ ਤੇ ਪੁੱਛਿਆ ਸੀ ਵੀ ਤੁਸੀਂ ਦੱਸੋ ਕਿਹੜੀ ਐਫ ਆਈ ਆਰ ਦੇ ਤਹਿਤ ਮੈਨੂੰ ਸੱਦ ਰਹੇ ਹੋ ਕੀ ਮੇਰੇ ਤੇ ਦੋਸ਼ ਹੈ ਉਹਦੀ ਮੈਨੂੰ ਕਾਪੀ ਦੇ ਸਕਦੇ ਆ ਤੇ ਸ਼ਾਰਟ ਨੋਟਿਸ ਤੇ ਕਿਉਂ ਸੱਦ ਰਹੇ ਆ ਇੰਨੀ ਜਲਦੀ ਤੁਹਾਨੂੰ ਕਾਦੀ ਆ ਜਦੋਂ ਕਿ ਅਸੀਂ ਇੱਥੇ ਕਿਸਾਨ ਸੰਘਰਸ਼ ਦੇ ਵਿੱਚ ਬਿਜੀ ਹੈਗੇ ਆ ਸਾਡੀਆਂ ਕੋਈ ਧਾਰਮਿਕ ਜ਼ਿੰਮੇਵਾਰੀਆਂ ਵੀ ਆ ਪਰ ਉਹਨਾਂ ਨੇ ਕਿਹਾ ਵੀ ਤੁਸੀਂ ਆਪਣੀ ਮਰਜ਼ੀ ਨਾਲ ਡੇਟ ਦੇ ਦਿਓ ਜਿਹੜੀ ਦੇਣੀ ਚਾਹੋਣੇ ਅਸੀਂ ਸਾਨੂੰ ਕੋਈ ਇਸ ਤਰ੍ਹਾਂ ਦੀ ਜਲਦੀ ਨਹੀਂ ਹੈ ਤੇ ਫਿਰ ਉਹਨਾਂ ਨੇ ਮੈਨੂੰ 23 ਨੂੰ ਸੱਦਿਆ ਸੀ ਤੇ 21 ਨੂੰ ਮੈਂ ਗਿਆ ਸੀ 21 ਨੂੰ ਲਗਭਗ 4.5 ਘੰਟੇ ਗੱਲਬਾਤ ਚੱਲਦੀ ਰਹੀ ਮੈਨੂੰ ਮੇਰੇ ਤੋਂ ਪੁੱਛ ਗਏ ਸਨ ਉਹਨਾਂ ਦੀ ਜਲਦੀ ਰਹੀ ਪਰ ਜ਼ਿਆਦਾਤਰ ਮੈਨੂੰ ਲੱਗਾ ਕਿ ਕੋਈ ਇਹੋ ਜਿਹੀ ਗੰਭੀਰ ਵਿਸ਼ੇ ਤੇ ਮੇਰ ਨਾਲ ਗੱਲ ਨਹੀਂ ਕੀਤੀ ਜਿੱਦੀ ਵੱਡੀ ਏ ਭਾਰਤ ਦੀ ਏਜੰਸੀ ਆ ਐਨਆਈ ਦਾ ਨਾਮ ਸੁਣ ਕੇ ਅਗਲੇ ਦਿਨ ਚ ਹੁੰਦਾ ਵੀ ਕੋਈ ਨਾ ਕੋਈ ਗੱਲ ਹੈ ਜਿਹੜਾ ਮੈਨੂੰ ਬੁਲਾਇਆ ਗਿਆ ਮੈਂ ਪਹਿਲੇ ਦਿਨ ਜਦੋਂ ਮੈਨੂੰ ਨੋਟਿਸ ਕੱਢਿਆ ਗਿਆ ਸੀ ਮੈਂ ਚੈਨਲਾਂ ਤੇ ਵੀ ਪ੍ਰੈਸ ਨੂੰ ਮੈਂ ਕਹਿ ਦਿੱਤਾ ਸੀ ਕਿ ਮੈਂ ਜਾਊਂਗਾ ਕਿਉਂਕਿ ਮੈਂ ਜਦੋਂ ਵਕੀਲ ਨੂੰ ਆਪਣਾ ਨੋਟਿਸ ਭੇਜਿਆ ਉਹਨੇ ਕਿਹਾ ਇਹ ਤਾਂ ਰਾਵਾਂ ਬੜੀਆਂ ਗੰਭੀਰ ਆ ਤੇ ਬੜੀਆਂ ਖੂਖਰ ਬੰਦਿਆਂ ਤੇ ਲਾਈਆਂ ਜਾਂਦੀਆਂ ਆ ਥੋੜੇ ਤੇ ਲੱਗਣੀ ਨਹੀਂ ਚਾਹੀਦੀ ਸੀ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਉਂ ਲਾਈ ਹੈ ਪਰ ਆਪਾਂ ਨੂੰ ਦੁਨਾਈ ਨਹੀਂ ਕਰਨਾ ਚਾਹੀਦਾ ਭੱਜਣਾ ਨਹੀਂ ਚਾਹੀਦਾ ਆਪਾਂ ਨੂੰ ਇਹਦਾ ਸਾਹਮਣਾ ਕਰਨਾ ਚਾਹੀਦਾ ਮੈਂ ਫਿਰ ਪ੍ਰੈਸ ਨੂੰ ਕਿਹਾ ਸੀ ਵੀ ਮੈਨੂੰ ਜਦੋਂ ਵੀ ਹੁਣ ਅਗਲਾ ਸਮਾਂ ਦੇਣਗੇ ਮੈਂ ਜਾਵਾਂਗਾ ਮੈਂ ਜਾਨਣਾ ਚਾਹਾਂਗਾ ਕਿਉਂਕਿ ਹੋਰ ਵੀ ਦਰਜਨਾ ਹੀ ਬੰਦਿਆਂ ਨੂੰ ਇਹ ਨੋਟਿਸ ਸੇਮ ਐਫ ਆਈ ਆਰ ਤੇ ਕੱਢੇ ਗਏ ਸੀ ਤੇ ਮੈਂ ਚਾਹੁੰਦਾ ਸੀ ਕਿ ਪਤਾ ਲੱਗੇ ਵੀ ਇਹ ਗੱਲ ਕੀ ਕਰਨਾ ਚਾਹੁੰਦੇ ਆ ਕਿਸਾਨ ਸੰਘਰਸ਼ ਦੇ ਨਾਲ ਸੰਬੰਧਿਤ ਹੈ ਇਹਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਡਰਾਉਣਾ ਚਾਹੁੰਦੇ ਆ ਜਾਂ ਕੋਈ ਵਾਸਤ ਵਿੱਚ ਹੀ ਕੋਈ ਗੰਭੀਰ ਇਹੋ ਜੀ ਗੱਲ ਹੈਗੀ ਆ ਜਿਹਦੇ ਕਰਕੇ ਸਦਣਾ ਚਾਹੁੰਦੇ ਆ ਜਾਂ ਉਹਨੂੰ ਕੋ ਭੁਲੇਖਾ ਹੈ ਆਪ ਹੀ ਕਨਫਿਊਜ਼ਡ ਹੈ ਗਿਆ ਸਾਰੀ ਗੱਲ ਕੱਢਣੀ ਚਾਹੀਦੀ ਆ ਇਹ ਕਰਕੇ ਮੈਂ ਗਿਆ ਸੀ ਤੇ ਇਹ ਬਹੁਤ ਸਾਰੇ ਆਗੂ ਐਸੇ ਸਨ ਜਾਂ ਕਿਸਾਨ ਜਥੇਬੰਦੀਆਂ ਵੱਲੋਂ ਵੀ ਇਹ ਕਾਲ ਦਿੱਤੀ ਗਈ ਵੀ ਐਨਆਈ ਦੇ ਨੋਟਿਸਸ ਨੂੰ ਸੀਰੀਅਸਲੀ ਨਾ ਲੈਣ ਉਹਨਾਂ ਦੇ ਸਮਨ ਤੇ ਨਾ ਜਾਣ ਹਾਂ ਲੇਕਿਨ ਜਦੋਂ ਤੁਸੀਂ ਉੱਤੇ ਜਾਂਦੇ ਹੋ ਤੁਹਾਡੀ ਲਗਭਗ 4 4.5 ਘੰਟੇ ਪੁੱਛ ਕੀ ਛੋਈ ਤੇ ਕੀ ਕੁਝ ਪੁੱਛਿਆ ਤੇ ਕਿਸ ਤਰੀਕੇ ਨਾਲ ਕਿਹੜੇ ਕੇਸ ਦੇ ਨਾਲ ਤੁਹਾਨੂੰ ਲਿੰਕ ਕਰਨ ਦੀ ਉਹਨਾਂ ਦੀ ਕੋਸ਼ਿਸ਼ ਸੀ ਜਿਹੜੇ ਤੁਸੀਂ ਕਹਿ ਰਹੇ ਹੋ ਬਹੁਤ ਗੰਭੀਰ ਧਾਰਾਵਾਂ ਸੰਤ ਤੁਹਾਡੇ ਵਕੀਲ ਨੇ ਕਹਿ ਵੀ ਜਾਣਾ ਬਣਦਾ ਹੈ ਹਾਂ ਕਿਸਾਨ ਜਥੇਬੰਦੀਆਂ ਨੇ ਵੀ ਇਹ ਗੱਲ ਹੋਈ ਸੀ ਵੀ ਨਹੀਂ ਜਾਣਾ ਚਾਹੀਦਾ ਕਿ ਜਾਣਾ ਚਾਹੀਦਾ ਫਿਰ ਉਹਨਾਂ ਨੇ ਵੀ ਇਹ ਖੁੱਲ੍ਹ ਦਿੱਤੀ ਕਿ ਆਪਣੇ ਵਕੀਲਾਂ ਨਾਲ ਸੰਪਰਕ ਕਰੋ ਜੇ ਤੁਸੀਂ ਸਮਝਦੇ ਜਾਣਾ ਚਾਹੀਦਾ ਤਾਂ ਕੋਈ ਹਰਜ ਨਹੀਂ ਪਰ ਇਹਦੇ ਤੇ ਅਸੀਂ ਨਿਗਾ ਰੱਖਾਂਗੇ ਅਗਰ ਕੋਈ ਇਹੋ ਜਿਹੀ ਗਲਤ ਅਲੀਗੇਸ਼ਨ ਲਾ ਕੇ ਕਿਸੇ ਨੂੰ ਪਰੇਸ਼ਾਨ ਕਰਦੇ ਆ ਤਾਂ ਉਹ ਵੀ ਸਾਡੀ ਨਜ਼ਰ ਚ ਹੋਏਗਾ ਉਹਦੇ ਤੇ ਵੀ ਅਸੀਂ ਐਕਸ਼ਨ ਲਾਵਾਂਗੇ ਪਰ ਜ ਨਹੀਂ ਵੀ ਜਾਉਗੇ ਤਾਂ ਵੀ ਅਸੀਂ ਇਸ ਨੂੰ ਸੰਭਾਂਗੇ ਪਰ ਅਸੀਂ ਸਮਝਿਆ ਕਿ ਜਾਣਾ ਚਾਹੀਦਾ ਪਤਾ ਲੱਗੇ ਕਿ ਕੀ ਗਾਣਾ ਚਾਹੁੰਦੇ ਆ 4 ਘੰਟੇ ਜਿਹੜੀ ਗੱਲਬਾਤ ਹੋਈ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਅਸੀਂ ਉਹਨੂੰ ਸੀਆਰ ਕਹਿੰਦੇ ਆ ਆਪਾਂ ਇੱਥੇ ਪੰਜਾਬ ਦੇ ਵਿੱਚ ਐਫਆਈਆਰ ਕਹਿੰਦੇ ਆ ਉਹ ਸੀਆਰ ਨੰਬਰ 40 ਸੀ 40 ਦੇ ਤਹਿਤ ਉਹਨਾਂ ਨੇ ਕੋਈ ਵਿਦੇਸ਼ ਦੇ ਵਿੱਚ ਰਹਿੰਦਾ ਗੁਰਪਤਵੰਤ ਸਿੰਘ ਪੰਨੂ ਨਾਂ ਦਾ ਵਿਅਕਤੀ ਆ ਜਿਹਦੇ ਨਾਂ ਤੇ ਉਹ ਕੀਤੀ ਗਈ ਆ ਉਹਨਾਂ ਨੇ ਪੁੱਛਿਆਸ ਤੋਂ ਪਹਿਲਾਂ ਹੀ ਮੈਨੂੰ ਦੱਸਿਆ ਕਿ ਇਸ ਵਿਅਕਤੀ ਨਾਲ ਸੰਬੰਧਿਤ ਅਸੀਂ ਗੱਲਬਾਤ ਕਰਨੀ ਚਾਹੁੰਨੇ ਆ ਇਹਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਹੋਵੇ ਤੁਹਾਡਾ ਕੋਈ ਲਿੰਕ ਹੋਵੇ ਉਹ ਉਹ ਅਸੀਂ ਲਿੰਕ ਲੱਭਣਾ ਚਾਹੁੰਨੇ ਆ ਤੇ ਖਾਸ ਕਰਕੇ ਮੈਨੂੰ ਬਾਰ ਬਾਰੀ ਗੱਲ ਕਹਿੰਦੇ ਰਹੇ ਕਿਉਂਕਿ ਇਹ ਜਿਹੜਾ ਕਿਸਾਨਾਂ ਦਾ ਸੰਘਰਸ਼ ਹੈ ਸੈਂਟਰ ਸਰਕਾਰ ਵੱਲੋਂ ਕੀਤੇ ਗਏ ਜਿਹੜੇ ਤਿੰਨ ਬਿੱਲ ਹੈ ਉਹਨਾਂ ਦੀ ਬੜੀ ਚਰਚਾ ਹੋ ਚੁੱਕੀ ਆ ਵਰਡ ਦੇ ਵਿੱਚ ਇਸ ਸ਼ਾਂਤਮਈ ਸੰਘਰਸ਼ ਦਾ ਨਾਮ ਹੈ ਵੀ ਬੜੀ ਸ਼ਾਂਤੀ ਦੇ ਨਾਲ ਲੱਖਾਂ ਲੋਕ ਜਿਹੜੇ ਹੈਗੇ ਹਾਈਵੇ ਰੋਕ ਕੇ ਬੈਠੇ ਆ ਇਸ ਕਰਕੇ ਉਹ ਬਾਰ-ਬਾਰ ਮੈਨੂੰ ਕਹਿੰਦੇ ਸੀ ਵੀ ਇਸ ਸੰਘਰਸ਼ ਦੇ ਸਬੰਧਤ ਅਸੀਂ ਨਾ ਕੁਝ ਪੁੱਛਣਾ ਚਾਹੁੰਨੇ ਆ ਨਾ ਤੁਹਾਨੂੰ ਇਹਦੇ ਕਰਕੇ ਬੁਲਾਇਆ ਤੁਸੀਂ ਇਹਦੇ ਕਰਕੇ ਨਾ ਕੋਈ ਵੀ ਗੱਲ ਨਾ ਕਰਿਓ ਤੋਂ ਥੋੜਾ ਜੀ ਗੱਲਬਾਤ ਕਰਨ ਦੀ ਗੱਲਬਾਤ ਇਹ ਸੀ ਤੁਹਾਨੂੰ ਮਤਲਬ ਇਹ ਤਾਂ ਸਾਰੇ ਸਮਝਦੇ ਹੈਗੇ ਨੇ ਵੀ ਇਹ ਨੋਟਿਸ ਇਸ ਵਕਤ ਹੀ ਕਿਉਂ ਆਉਂਦੇ ਨੇ ਤੇ ਇਸ ਵਕਤ ਅਸੀਂ ਜਿੱਥੇ ਖੜੇ ਮੈਂ ਚਾਹਾਂਗਾ ਕੈਮਰਾਮੈਨ ਥੋੜਾ ਦਿਖਾਣ ਵੀ ਗੱਲਬਾਤ ਭਾਈ ਸਾਹਿਬ ਨਾਲ ਜਾਰੀ ਰਹਿਾਂਗੀ ਇਹਨਾਂ ਦੀ ਇੰਟਰਨੈਸ਼ਨਲ ਪੰਥਿਕ ਦਲ ਦਾ ਇਹ ਹੈਗਾ ਮੈਡੀਕਲ ਕੈਂਪ ਬਕਾਇਦਾ ਜਿਹੜਾ ਲੰਗਰ ਹੈਗੇ ਨੇ ਉਹ ਜਿਹੜੇ ਹੈਗੇ ਨੇ ਇੱਥੇ ਵਰਤਾਇਆ ਜਾ ਰਿਹਾ ਹੈ ਤੇ 2 ਦਸੰਬਰ ਤੋਂ ਯਾਨੀ 26 ਨਵੰਬਰ ਨੂੰ ਜਦੋਂ ਚੱਲੇ ਪਏ ਸੀਗੇ ਦਿੱਲੀ ਨੂੰ ਉਸ ਤੋਂ ਬਾਅਦ 2 ਦਸੰਬਰ ਜਿਹੜਾ ਹੈ 2 ਦਸੰਬਰ ਤੋਂ ਇੱਕ ਕੈਂਪ ਤੇ ਲੰਗਰ ਜਿਹੜਾ ਹੈਗਾ ਲਗਾਤਾਰ ਇੱਥੇ ਚੱਲਦਾ ਪਿਆ ਕਿਉਂਕਿ ਇੰਟਰਨੈਸ਼ਨਲ ਪੰਥਿਕ ਦਲ ਵੱਲੋਂ ਚੱਲ ਰਿਹਾ ਹੈ ਲੇਕਿਨ ਹੈਰਾਨੀ ਦੀ ਗੱਲ ਸਿੰਘ ਸਾਹਿਬ ਇਹ ਹੈਗੇ ਵੀ ਤੁਹਾਨੂੰ ਸਿੱਖ ਫॉर ਜਸਟਿਸ ਜਾਂ ਗੁਰਪਤਵੰਨ ਸਿੰਘ ਪੰਨੂ ਦੇ ਨਾਲ ਲਿੰਕ ਕਰਕੇ ਕਿਉਂਕਿ ਇੰਟਰਨੈਸ਼ਨਲ ਪੰਥਿਕ ਦਲ ਹੈ ਤਾਂ ਕਿ ਚਾਰੇ ਸੀ ਵੀ ਇੰਟਰਨੈਸ਼ਨਲ ਕੋਈ ਫੰਡਿੰਗ ਹੋ ਰਹੀ ਹੈ ਇਸ ਦਾ ਖੁਲਾਸਾ ਹੋ ਸਕੇ ਕਿਉਂਕਿ ਗੱਲਾਂ ਬਾਤਾਂ ਪਹਿਲਾਂ ਵੀ ਬੀਜੇਪੀ ਵੱਲੋਂ ਕਿਤਿਆਂ ਜਾਣਦੇ ਨੇ ਫੰਡਿੰਗ ਕਿੱਥੋਂ ਆ ਰਹੀ ਹੈ ਅੱਜ ਲੰਗਰਾਂ ਲਈ ਪੈਸਾ ਕਿੱਥੋਂ ਆ ਰਿਹਾ ਹੈ ਸਾਰੀ ਗੱਲਬਾਤ ਨਹੀਂ ਮੈਂ ਮੈਂ ਇਹ ਦ ਕਿ ਕਿਸਾਨ ਸੰਘਰਸ਼ ਦੇ ਨਾਲ ਅਸੀਂ ਕੋਈ ਗਸਬੰਦ ਗੱਲ ਪੁੱਛਣਾ ਨਹੀਂ ਚਾਹੁੰਦੇ ਪਰ ਵਾਸਤ ਵਿੱਚ ਮੈਂ ਜੋ ਸੋਚਦਾ ਇਹ ਕਿਸਾਨ ਸੰਘਰਸ਼ ਤੋਂ ਹੀ ਡਰਾਉਣਾ ਚਾਹੁੰਦੇ ਸੀ ਵੀ ਤੁਹਾਡੇ ਤੇ ਵੱਡੇ ਐਨਆਈਏ ਕੇਸ ਕਰ ਸਕਦੀ ਹੈ ਬੜੀਆਂ ਵੱਡੀਆਂ ਗੱਲਾਂ ਧਾਰਾ ਬਣ ਸਕਦੀਆਂ ਤੁਹਾਨੂੰ ਅੰਦਰ ਵੀ ਜਾਣਾ ਪੈ ਸਕਦਾ ਇਹ ਗੱਲਾਂ ਸੋਚ ਕੇ ਕੁਝ ਬੰਦੇ ਜਿਨ੍ਹਾਂ ਦੇ ਉੱਪਰ ਇਹ ਕੇਸ ਜਿਨ੍ਹਾਂ ਤੇ ਵਾਰੰਟ ਕੱਢੇ ਗਏ ਜਾਂ ਨੋਟਿਸ ਕੱਢੇ ਗਏ ਉਹ ਇੱਥੋਂ ਚਲੇ ਜਾਣ ਖਿਸਕ ਜਾਣ ਉਹਨਾਂ ਦੇ ਨਾਲ ਜਿੰਨਾ ਕੋਨਾ ਸਰਕਲ ਆ ਉਹ ਵੀ ਹੌਲੀ ਹੌਲੀ ਚਲਾ ਜਾਵੇਗਾ ਤੇ ਅਸੀਂ ਕਹਾਂਗੇ ਜਿਹਨੇ ਸੰਘਰਸ਼ ਸੰਘਰਸ਼ ਤੋਂ ਕਮਜ਼ੋਰ ਪੈ ਗਿਆ ਲੋਕ ਜਾਣਾ ਸ਼ੁਰੂ ਹੋ ਗਏ ਇਹਨਾਂ ਦਾ ਜਿਹੜੀ ਹੈ ਬਹੁਤੀ ਗੈਦਰੰਗ ਰਹੀ ਨਹੀਂ ਉਹਨਾਂ ਦੀ ਮਨਸ਼ਾ ਹੈ ਸੀਗੀ ਪਰ ਜਿੱਥੋਂ ਤੱਕ ਲੰਗਰਾਂ ਦੇ ਫੰਡਿੰਗ ਦੀ ਗੱਲ ਹੈ ਜਾਂ ਟੋਟਲ ਮੈਡੀਕਲ ਦੇ ਫੰਡਿੰਗਾਂ ਦੀ ਗੱਲ ਹੈ ਇਹ ਤਾਂ ਬੜੀਆਂ ਤੁਸੀਂ ਕੋਈ ਵੀ ਬੰਦਾ ਕੋਈ ਵੀ ਏਜੰਸੀ ਦਾ ਬੰਦਾ ਉਹਨੇ ਦੇਖਿਆ ਹੀ ਹੋਊਗਾ ਇਹ ਨਹੀਂ ਕਿ ਐਡੀ ਵੱਡੀ ਏਜੰਸੀ ਨੇ ਇਹ ਦੇਖਿਆ ਹੀ ਨਾ ਹੋਵੇ ਵੀ ਫੰਡਿੰਗ ਕਿੱਥੋਂ ਆ ਰਹੀ ਹੈ ਤੇ ਕਿਵੇਂ ਲੰਗਰ ਚੱਲ ਰਿਹਾ ਮੈਂ ਜਿੱਥੇ ਆਪਾਂ ਜਿੱਥੇ ਖੜੇ ਆ ਇਹ ਕੁੰਡਲੀ ਬਾਰਡਰ ਹੈ ਇਹਦੇ 10-10 ਕਿਲੋਮੀਟਰ ਜੇ ਪਾਸੇ ਕਹ ਲਈਏ ਨਾ ਲੋਕ ਸਿਰਾਂ ਤੇ ਚੱਕ ਕੇ ਦੁੱਧ, ਫਾਲ, ਸਬਜ਼ੀਆਂ ਲੈ ਕੇ ਆਉਂਦੇ ਆ। ਆਟਾ, ਮੈਦਾ ਲੈ ਕੇ ਆਉਂਦੇ ਆ। ਇੱਥੇ ਤੁਸੀਂ 1 ਘੰਟਾ ਖੜ੍ਹਜੋ ਸਾਨੂੰ ਪੁੱਛਣਾ ਜਾਣਗੇ ਕਿ ਤੁਹਾਨੂੰ ਦਵਾਈ ਚਾਹੀਦੀ ਆ, ਕਿਹੜੀ ਚਾਹੀਦੀ ਸਾਨੂੰ ਲਿਸਟ ਦੱਸੋ। ਆ ਸਾਡੀ ਕੰਪਨੀ ਦਾ ਨਾਮ ਐ। ਆ ਸਾਡਾ ਮੈਡੀਕਲ ਸਟੋਰ ਆ। ਉੱਥੋਂ ਅਸੀਂ ਦਵਾਈ ਭੇਜਣਾ ਚਾਹੁੰਨੇ ਆ। ਆ ਹੁਣੇ ਹੀ ਆਪਣੇ ਕੋਲੋਂ 3-4 ਸਿੰਘ ਨੌਜਵਾਨ ਲੰਗੇ ਆ। ਕਹਿੰਦੇ ਕੋਈ ਚਾਹ ਪੱਤੀ ਚਾਹੀਦੀ ਆ, ਸੁੱਕਾ ਦੁੱਧ ਚਾਹੀਦਾ, ਕੀ ਚਾਹੀਦਾ ਦੱਸੋ। ਇਹ ਫੰਡਿੰਗ ਜੈਸੇ ਲੈਵਲ ਦੇ ਉੱਪਰ ਇਹ ਕਿਸਾਨ ਸੰਘਰਸ਼ ਚੱਲਿਆ ਗਿਆ ਹੈ ਇੱਥੇ ਲੰਗਰਾਂ ਦੀ ਜਾਂ ਮੈਡੀਕਲ ਕੈਂਪ ਲਾਉਣ ਦੀ ਮੈਨੂੰ ਨਹੀਂ ਲੱਗਦਾ ਕੋਈ ਵੀ ਕਿਸੇ ਕਿਸਮ ਦੀ ਫੰਡਿੰਗ ਦੀ ਲੋੜ ਹੈ ਹਾਂ ਸਾਨੂੰ ਪਹਿਲੇ ਕਹ ਲਈਏ ਇੱਕ ਹਫ਼ਤਾ ਜਦੋਂ ਅਸੀਂ ਲੰਗਰ ਲਾਏ ਆ ਉਦੋਂ ਜ਼ਰੂਰ ਇਹ ਸਾਨੂੰ ਉਹ ਜਿਹੜੀਆਂ ਚੀਜ਼ਾਂ ਮੁੱਲੇ ਹੋਣੀਆਂ ਪਈਆਂ ਜਾਂ ਅਸੀਂ ਜਿਹੜਾ ਕੈਂਪ ਲਾਇਆ ਪੱਟੀਆਂ ਲਿਆਂਦੀਆਂ ਹਲਵਾਈ ਲਾਏ ਹੋਏ ਆ ਡਾਕਟਰ ਸਾਹਿਬ ਨੇ ਇਹਨਾਂ ਦੇ ਰਹਿਣ ਦਾ ਪ੍ਰਬੰਧ ਹੈ ਇਹ ਤੇ ਨੇਚਰਲੀ ਸਾਨੂੰ ਆਪ ਕਰਨਾ ਹੀ ਪੈਣਾ ਹੈ ਅਸੀਂ ਕਰ ਰਹੇ ਆਂ ਪਰ ਜਿੱਥੋਂ ਤੱਕ ਦਵਾਈਆਂ ਦਾ ਜਾਂ ਲੰਗਰ ਦੀ ਰਸ ਦਾ ਸਬੰਧ ਹੈ ਉਹ ਸੰਗਤਾਂ ਬਹੁਤ ਖੁੱਲੇ ਦਿਲ ਨਾਲ ਦੇ ਰਹੀਆਂ ਹਨ ਮੈਂ ਉਹਨਾਂ ਨੂੰ ਵੀ ਕਿਹਾ ਸੀ ਕਿ ਗੁਰੂ ਨਾਨਕ ਸਾਹਿਬ ਦਾ ਲੰਗਰ ਹੈ ਅਸੀਂ ਕੋਰੋਨਾ ਦੇ ਵਿੱਚ ਵਾਰਡ ਦੇ ਵਿੱਚ ਲੰਗਰ ਲਾਏ ਸਿੱਖਾਂ ਨੇ ਕਿਤੇ ਵੀ ਆਫਤ ਆਉਂਦੀ ਆ ਸਾਮ ਦੇ ਵਿੱਚ ਆਫਤ ਆਈ ਹੁਰਥਾਮਾਂ ਤੇ ਆਈ ਤੇ ਅਸੀਂ ਉੱਥੇ ਵੀ ਲੰਗਰ ਲਾਏ ਦਵਾਈਆਂ ਦੇ ਵੀ ਲਾਏ ਔਰ ਲੰਗਰ ਛਕਣ ਦੇ ਵੀ ਲਾਏ ਉਦੋਂ ਸਾਨੂੰ ਕਿਸੇ ਨੇ ਨਹੀਂ ਕਿਹਾ ਕਿਸੇ ਨੇ ਪੁੱਛਿਆ ਨਹੀਂ ਇਹ ਫੰਡ ਕਿੱਥੋਂ ਆਉਂਦੇ ਆ ਇਸ ਕਰਕੇ ਜਿੱਥੋਂ ਤੱਕ ਸਰਦਾਰ ਗੁਰਪਤਵੰਤ ਸਿੰਘ ਦਾ ਸਬੰਧ ਆ ਪੰਨੂ ਦਾ ਇਹਦੇ ਨਾਲ ਸਾਡੇ ਜਥੇਬੰਦੀ ਦਾ ਕੋਈ ਵਾਸਤਾ ਨਹੀਂ ਕੋਈ ਲਿੰਕ ਨਹੀਂ ਉਹ ਕੀ ਕਰਦੇ ਨੇ ਕੀ ਚਾਹੁੰਦੇ ਨੇ ਉਹ ਉਹਨਾਂ ਦਾ ਆਪਣਾ ਅਜੰਡਾ ਹੈ ਤੇ ਇਸ ਕਰਕੇ ਇਹਦੇ ਨਾਲ ਸਾਨੂੰ ਜੋੜਨਾ ਜਾਂ ਕਹਿਣਾ ਏਡੀ ਵੱਡੀ ਜਥੇ ਹੀ ਕੋਠਾਣਾ ਤਾਂ ਹੈ ਨਹੀਂ ਵੀ ਕਿਸੇ ਥਾਣੇਦਾਰ ਐਸਪੀ ਲੈਵਲ ਦੇ ਅਧਿਕਾਰੀ ਨੇ ਤੁਹਾਡੀ ਪੁੱਛਗਿੱਛ ਕੀਤੀ ਸੀ ਤੁਸੀਂ ਇਹਨਾਂ ਨੂੰ ਕਿਹਾ ਵੀ ਬਹੁਤ ਵੱਡੇ ਲੈਵਲ ਦੀ ਏਜੰਸੀ ਹੈ ਤੇ ਕੋਈ ਪੁਖਤਾ ਆਧਾਰ ਤੇ ਬੋਲ ਸਮਝ ਜਾਰੀ ਹੋਣੀ ਚਾਹੀਦੀ ਸੀ ਕਿਹਾ ਕਿ ਕੋਈ ਥਾਣੇ ਦਾ ਥਾਣੇਦਾਰ ਕਹਿ ਦੇਵੇ ਨਾ ਕਿ ਮੈਨੂੰ ਜੀ ਛੱਕ ਪਿਆ ਗਿਆ ਮੈਂ ਐਵੇਂ ਤੁਹਾਨੂੰ ਬੁਲਾਇਆ ਸੀ ਵੀ ਸੌਰੀ ਹੁਣ ਨਹੀਂ ਕੋਈ ਗੱਲ ਹੈਗੀ ਇਦਾਂ ਦੀ ਗੱਲ ਤੁਸੀਂ ਕਰੋ ਵੀ ਇਹ ਦੇਖੋ ਹਿੰਦੁਸਤਾਨ ਲੈਵਲ ਦੀ ਵੱਡੀ ਏਜੰਸੀ ਆ ਇਹਨਾਂ ਕੋਲ ਪੁਖਤਾ ਸਬੂਤ ਚਾਹੀਦੇ ਆ ਫੰਡ ਕਿੱਥੋਂ ਆਉਂਦੇ ਆ ਕੀ ਉਹਨਾਂ ਦੀ ਨਜਾਇਜ਼ ਵਰਤੋਂ ਕੀਤੀ ਜਾ ਰਹੀ ਆ ਉਹਦੇ ਲਈ ਦੇਸ਼ ਨੂੰ ਕੀ ਖਤਰਾ ਹੈ ਇਹ ਗੱਲਾਂ ਤੁਹਾਡੇ ਕੋਲ ਸਪਸ਼ਟ ਹੋਣੀਆਂ ਚਾਹੀਦੀਆਂ ਤਾਂ ਕਿਸੇ ਨੂੰ ਬੁਲਾਓ ਐਵੇਂ ਏਡੀ ਵੱਡੀ ਏਜੰਸੀ ਨੂੰ ਨੋਟਿਸ ਕੱਢਦੀ ਹੈ ਤੇ ਜਿਹੜਾ ਸਾਡੀ ਕਮਿਊਨਿਟੀ ਆ ਉਹਦੇ 'ਚ ਸ਼ੱਕ ਪੈਦਾ ਹੁੰਦੀ ਹੈ ਕਿ ਇਹ ਵਾਕਿਆ ਹੀ ਕੋਈ ਨਾ ਕੋਈ ਇਹੋ ਜਿਹਾ ਬੰਦਾ ਨਾ ਹੋਵੇ ਜਿਹ ਜਿਹਦੇ ਗਲਤ ਅੰਤਨਾ ਨਾਲ ਕਿਸੇ ਦੇ ਨਾਲ ਇਹਨਾਂ ਦੇ ਸਬੰਧ ਹੋਣ ਜਾਂ ਇਹ ਵਾਕਿਆ ਹੀ ਫੰਡਾਂ ਦੀ ਨਜਾਇਜ਼ ਵਰਤੋਂ ਨਾ ਕਰਦੇ ਹੋਣ ਸੁਭਾਵਿਕ ਹੈ ਕਿ ਸਾਡੀ ਜਥੇਬੰਦੀ ਦੇ ਵਿੱਚ ਵੀ ਤਰੇੜ ਪੈ ਸਕਦੀ ਹੈ ਵੀ ਇਹ ਸਿੰਘ ਸਾਹਿਬ ਨੂੰ ਕਿਉਂ ਨੋਟਿਸ ਨਿਕਲਿਆ ਮੈਂ ਕਿਹਾ ਤੁਸੀਂ ਇਹ ਬਦਨਾਮ ਕਰਨ ਦਾ ਇੱਕ ਤੁਹਾਡਾ ਜਰੀਆ ਤਰੀਕਾ ਹੈ ਇਹ ਇਹਦੇ ਨਾਲ ਕੋਈ ਚੰਗਾ ਮੈਸੇਜ ਨਹੀਂ ਜਾਏਗਾ ਸਾਡੇ ਲਈ ਇਹ ਮੈਨੂੰ ਨਹੀਂ ਪਤਾ ਵੀ ਤੁਸੀਂ ਮੈਨੂੰ ਕਿਉਂ ਬੁਲਾਇਆ ਜਾਂ ਤੁਸੀਂ ਕਿਉਂ ਸੱਦੇ ਆ ਉਹਨਾਂ ਨੂੰ ਇਹਨੂੰ ਪੁੱਛਿਆ ਵੀ ਸੈਂਟਰ ਦੇ ਵਿੱਚ ਜਾ ਕੇ ਢਾਈ ਘੰਟੇ ਬਾਅਦ ਕਿ ਸਰਦਾਰ ਜੀ ਤੁਹਾਨੂੰ ਕੀ ਲੱਗਦਾ ਹੈ ਵੀ ਏਡੀ ਵੱਡੀ ਜਥੇਬੰਦੀ ਨੇ ਤੁਹਾਨੂੰ ਬੁਲਾਇਆ ਤਾਂ ਤੁਸੀਂ ਕੀ ਸਮਝਦੇ ਕਿਉਂ ਬੁਲਾਇਆ ਤੇ ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਲੱਗਦਾ ਵੀ ਤੁਸੀਂ ਕਨਫਿਊਜ਼ਡ ਹੈ ਕਿਹਨੂੰ ਬੁਲਾਉਣਾ ਚਾਹੀਦਾ ਸੀ ਕਿਉਂ ਬੁਲਾਉਣਾ ਚਾਹੀਦਾ ਸੀ ਮੈਨੂੰ ਇਹ ਲੱਗਦਾ ਹੈ ਬਾਕੀ ਮੈਂ ਕਿਹਾ ਵੀ ਤੁਹਾਡਾ ਕੀ ਮੰਤਵ ਹੈ ਤਾਂ ਹੁਣ ਤੁਸੀਂ ਜਾਣਦੇ ਆ ਫਿਰ ਡਿਟੇਲ ਪੁੱਛ ਦਸ ਕੀਤੀ ਜਥੇਬੰਦੀ ਬਾਰੇ ਵੀ ਤੁਝ ਇੰਟਰਨੈਸ਼ਨਲ ਪੰਥਕ ਦਾਲਾ ਇਹ ਤੁਸੀਂ ਕਦੋਂ ਸਥਾਪਿਤ ਕੀਤਾ ਕਿੰਨਾ ਕਿੰਨਾ ਦੇਸ਼ਾਂ ਦੇ ਵਿੱਚ ਕਿਹੜੇ ਕਿਹੜੇ ਦੇਸ਼ਾਂ ਚ ਹੈ ਇੱਥੇ ਹਿੰਦੁਸਤਾਨ ਵਿੱਚ ਕਿਹੜੀਆਂ ਸਟੇਟਾਂ ਵਿੱਚ ਹੈ ਮੈਂ ਕਹਾਂ ਵੀ ਇਹ ਤਾਂ ਕੋਈ ਸਾਡੀ ਅੰਡਰਗਰਾਉਂਡ ਜਥੇਬੰਦੀ ਤਾਂ ਹੈ ਨਹੀਂ ਅਸੀਂ ਸਾਲ ਬਾਅਦ ਕਿਸੇ ਨਾ ਕਿਸੇ ਦੇਸ਼ ਵਿੱਚ ਕਿਤੇ ਇੰਗਲੈਂਡ ਚ ਕਿਤੇ ਇਟਲੀ ਚ ਅਸੀਂ ਕਾਨਫਰੰਸ ਕਰਦੇ ਆ ਉਹਦੇ ਚ ਪਿਛਲੇ ਸਾਲ ਦਾ ਸਾਰਾ ਲੇਖਾ ਜੋਖ ਕਰਦੇ ਆ ਕੀ ਸਾਨੂੰ ਕਰਨਾ ਚਾਹੀਦਾ ਅਗਲੇ ਵਾਸਤੇ ਅਸੀਂ ਨਿਰਧਾਰਤ ਕਰਦੇ ਆ ਕਿੰਨੇ ਫੰਡਾਂ ਦੀ ਲੋੜ ਪਈ ਗਾਂ ਕਿੰਨਿਆਂ ਦੀ ਪੈ ਸਕਦੀ ਆ ਅਸੀਂ ਉਹ ਬਜਟ ਬਣਾਉਣੇ ਆ ਉਹ ਉਹ ਪਣਿਆ ਸਾਰਾ ਕੁਝ ਇਹ ਚ ਸਾਨੂੰ ਕੋਈ ਕਹਿਣ ਦਾ ਨਹੀਂ ਅਸੀਂ ਅਸੀਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੇ ਪਰਿਵਾਰ ਨਾਲ ਸੰਬੰਧਤ ਆ ਮੈਂ ਮੇਰੇ ਚਾਚਾ ਜੀ ਆ ਤੇ ਇਹਦੀ ਕਾਰਨ ਸੀਗਾ ਇਹ ਵੀ ਕਾਰਨ ਸੀ ਕਿਉਂਕਿ ਸੰਤ ਜਰਨੈਲ ਸਿੰਘ ਪਿੰਰਵਾਲਾ ਉਹਨਾਂ ਦੇ ਨਾਲ ਤੁਹਾਡਾ ਪਰਿਵਾਰਿਕ ਤੁਸੀਂ ਉਹਨਾਂ ਦੇ ਪਰਿਵਾਰ ਚੋਂ ਹੋ ਦੂਸਰਾ ਜਿਹੜੀ ਤੁਹਾਡੀ ਇੰਟਰਨੈਸ਼ਨਲ ਪੰਥਿਕ ਦਲ ਹੈ ਇਸ ਤੋਂ ਪਹਿਲਾਂ ਤੁਹਾਡਾ ਪਿਛੌਕਰ ਆਈਐਸਵਾਈਐਫ ਰ ਹੈ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜੋ ਕਿ ਇੱਕ ਟਾਈਮ ਬੈਨ ਵੀ ਰਹੀ ਸੀ ਤੇ ਬੈਨ ਹੋਣ ਕਾਰਨ ਹੀ ਸ਼ਾਇਦ ਤੁਸੀਂ ਇਹਦਾ ਨਾਮ ਬਦਲਿਆ ਹੈਗਾ ਕਿਉਂਕਿ ਇਹ ਤੁਹਾਡੀ ਆਰਗੇਨਾਈਜੇਸ਼ਨ ਤਾਂ ਹੀ ਕਰਕੇ ਐਨਆਈ ਦੇ ਰਡਾਰ ਤੇ ਆਈ ਹੈ ਤੇ ਖਾਸ ਕਰਕੇ ਇੱਥੇ ਜਿਹੜਾ ਤੁਸੀਂ ਲੰਗਰ ਲਾਏ ਹਾਂ ਇਹ ਮੈਨੂੰ ਡਿਟੇਲ ਪੁੱਛਿਆ ਗਿਆ ਵੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਨਾਲ ਤੁਸੀਂ ਪਰਿਵਾਰਕ ਤੌਰ ਤੇ ਕਿੰਨਾ ਚਿਰ ਰਹੇ ਘਰ ਵਿੱਚ ਟਕਸਾਲ ਚ ਕਿੰਨਾ ਚਿਰ ਰਹੇ ਕਿੰਨਾ ਚਿਰ ਤੁਸੀਂ ਇਕੱਠੇ ਰਹੇ ਆ ਇਹ ਕਾਫੀ ਡਿਟੇਲ ਗੱਲਾਂ ਉਹਨੇ ਪੁੱਛੀਆਂ ਐਤੋਂ ਬਾਅਦ ਮੈਂ ਕਿਹਾ ਤਾਂ ਸਾਡਾ ਪਰਿਵਾਰਕ ਲਿੰਕ ਹੈ ਅਸੀਂ ਦਕਸਾਲ 'ਚ ਇਕੱਠੇ ਪੜੇ ਉਦੋਂ ਉਹ ਵੀ ਵਿਦਿਆਰਥੀ ਸੀ ਮੈਂ ਵੀ ਵਿਦਿਆਰਥੀ ਸੀ ਸਾਰੀ ਗੱਲਾਂ ਬਾਤਾਂ ਤੇ ਪੰਨੂ ਦੇ ਨਾਲ ਕੀ ਲਿੰਕ ਜੁੜਦਾ ਹੈਗਾ ਇਸ ਐਸਐਸਐਫਜੀ ਦੇ ਨਾਲ ਨਾ ਕਿਉਂਕਿ ਕਿ ਐਸਐਫਜੀ ਵੱਲੋਂ ਵੀ ਢੜਕਾਨ ਵਾਲੇ ਜਿਹੜੇ ਬਿਆਨ ਹੈ ਨਿਤ ਰੋਜ਼ ਨਵੇਂ ਜਾਰੀ ਹੋ ਜਾਂਦੇ ਕਦੀ ਲਾਲ ਕਿਲੇ ਤੇ ਝੰਡੇ ਲਗਾਉਣ ਦੀ ਗੱਲ ਆ ਜਾਂਦੀ ਹੈ ਕਦੇ ਦਿੱਲੀ ਦੀ ਬੱਤੀ ਗੁੱਲ ਕਰ ਦੋ ਲੱਖਾਂ ਡਾਲਰ ਦੇ ਦਾਂਗੇ ਇਹੋ ਜਿਹੀ ਜਦੋਂ ਢੜਕਾਉ ਗੱਲਾਂ ਆਉਂਦੀਆਂ ਤੇ ਉਸ ਜਥੇਬੰਦੀ ਨਾਲ ਤੁਹਾਨੂੰ ਜੋੜਨਾ ਨਹੀਂ ਦੇਖੋ ਇਹਹੀ ਤੇ ਅਸੀਂ ਗੱਲੋਂ ਤੇ ਮੈਂ ਹੈਰਾਨ ਸੀ ਉਹ ਕਹਿੰਦੇ ਵੀ ਸਾਡਾ ਮੈਂ ਦੋ ਵਾਰੀ ਵਿੱਚੋਂ ਟੋਕੇ ਗੱਲ ਪੁੱਛੀ ਮੈਂ ਕਿਹਾ ਵੀ ਜਿਹ ਉਹਦੇ ਨਾਲ ਤੁਹਾਡੇ ਟਾਰਗੇਟ ਦਾ ਕੋਈ ਸਬੰਧ ਨਹੀਂ ਕਹਿੰਦੇ ਨਹੀਂ ਸਾਡਾ ਪੁੱਛੰਦਾ ਆਪਣਾ ਢੰਗ ਹੈ ਉਹਦੇ ਵਿੱਚੋਂ ਕਿਤੇ ਨਾ ਕਿਤੇ ਲਿੰਕ ਜੁੜ ਜਾਏ ਤਾਂ ਅਸੀਂ ਉਸ ਢੰਗ ਦਾ ਸਾਡੀ ਮੰਤਵ ਹੈਗਾ ਤੇ ਅਸੀਂ ਜੋ ਪੁੱਛਦੇ ਤੁਸੀਂ ਹਾਂ ਨਾ ਚਾਹਉਂਦਾ ਜਵਾਬ ਦੇਣਾ ਚਾਹਉਂ ਨਹੀਂ ਦੇਣਾ ਨਾ ਚਾਹਉਂ ਨਾ ਦੋ ਅਸੀਂ ਉਤੋਂ ਵੀ ਰਿਜ਼ਲਟ ਕੱਢ ਲਾਂਗੇ ਵੀ ਕੀ ਗੱਲ ਹੈ ਮੈਂ ਕਹਿੰਦਾ ਸਾਨੂੰ ਨਹੀਂ ਇਹ ਸਾਡੇ ਖੁੱਲੀ ਕਿਤਾਬਾਂ ਤੁਸੀਂ ਜੋ ਪੁੱਛੋਗੇ ਸਾਡੇ ਕੋਲੇ ਉਹ ਦਾ ਕਿਉਂਕਿ ਇਹ ਅੰਡਰਗ੍ਰਾਉਂਡ ਜੱਥੇਬੰਦੀ ਨਹੀਂ ਓਪਨ ਹੈ ਇਸ ਵਾਸਤੇ ਜਦੋਂ ਉਹਨਾਂ ਨੂੰ ਦੱਸਿਆ ਮੈਂ ਤੁਸੀਂ ਜਿਹੜੀ ਗੱਲ ਕਹੀ ਹੈ ਈਸੇ 84 ਦੇ ਵਿੱਚ ਸਤੰਬਰ ਦੇ ਵਿੱਚ 23 ਸਤੰਬਰ 1984 ਨੂੰ ਜਥੇਬੰਦੀ ਆਈਐਸਵਾਈਐਫ ਇੰਟਰਨੈਸ਼ਨਲ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਸਥਾਪਿਤ ਕੀਤੀ ਸੀ ਇੰਗਲੈਂਡ ਦੇ ਵਿੱਚ ਤੇ ਉਦੋਂ ਬਹੁਤ ਵੱਡਾ ਇਕੱਠ ਸੀ ਉੱਥੋਂ ਦੀ ਸੀਐਡੀਬੀ ਹੈਰਾਨ ਸੀ ਵੀ ਐਡਾ ਵੱਡਾ ਸਿੱਖਾਂ ਦਾ ਇਕੱਠ ਕਿਵੇਂ ਹੋ ਗਿਆ ਸੋ ਉਹ ਤੋਂ ਬਾਅਦ ਕਈ ਦੇਸ਼ਾਂ ਦੇ ਵਿੱਚ 7-8 ਦੇਸ਼ਾਂ ਦੇ ਵਿੱਚ ਜਥੇਬੰਦੀ ਨੇ ਵਿਸਾਰ ਕੀਤਾ ਕੈਨੇਡਾ ਅਮਰੀਕਾ ਫ੍ਰਾਂਸ ਇਟਲੀ ਸਿੰਗਾਪੁਰ ਕਈਆਂ ਦੇਸ਼ਾਂ ਦੇ ਵਿੱਚ ਇਹਦੇ ਫਿਰ ਇਹ ਜਥੇਬੰਦੀ ਬੈਣ ਹੋ ਗਈ ਅਸੀਂ ਲੜਾਈ ਲੜੀ ਇਹਦੀ ਜਥੇਬੰਦੀ ਨੇ ਅਦਾਲਤਾਂ 'ਚ ਲੜਾਈ ਅਦਾਲਤਾਂ 'ਚ ਲੜਾਈ ਕਾਨੂੰਨੀ ਲੜਾਈ ਲੜੀ ਕਾਨੂੰਨੀ ਲੜਾਈ 'ਚ ਅਸੀਂ ਇਹ ਕੇਸ ਜਿੱਤ ਗਏ ਇਹ ਬੈਨ ਹਟ ਗਿਆ ਐਤੋਂ ਬਾਅਦ ਫਿਰ ਵੀ ਜਿਹੜੀ ਸਾਡੇ ਜਥੇਬੰਦੀ ਦੇ ਮੁੱਖ ਅਹੁਦੇਦਾਰ ਸੀ ਜਿਵੇਂ ਪਰਮਜੀਤ ਸਿੰਘ ਢਾਡੀ ਸੀ ਭਾਈ ਰੁਗਵੀਰ ਸਿੰਘ ਸੀ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਉਹਨਾਂ ਦੀ ਭਾਰੀ ਏਅਰਪੋਰਟ 'ਤੇ ਪੁੱਛਦਿਸ ਹੁੰਦੀ ਸੀ ਜਦੋਂ ਇੱਥੇ ਆਉਂਦੇ ਸੀ ਇੰਡੀਆ ਗਵਰਨਮੈਂਟ ਵੀ ਪੁਲਿਸ ਉਹਨਾਂ ਨੂੰ ਹਾਈ ਲੈਵਲ 'ਤੇ ਪੁੱਛਦਿਸ ਕਰਦੀ ਸੀ ਅਸੀਂ ਇਹਦੇ ਨਾਮ ਬਦਲ ਕੇ ਇੰਟਰਨੈਸ਼ਨਲ ਪੰਥਕ ਦਲ ਰੱਖ ਲਿਆ ਤਾਂ ਕਿ OISWF ਦੇ ਨਾਂ ਤੇ ਹੀ ਨਾਂ ਨਾਵੇਂ ਹਰਾਸਮੈਂਟ ਨਾ ਹੋਵੇ ਤੇ ਇਹ 2006 ਦੇ ਵਿੱਚ ਅਸੀਂ ਇਹਦਾ ਨਾਂ ਰੱਖਿਆ ਸੀ ਤੇ ਹੁਣ ਜਥੇਬੰਦੀ ਦੀ ਏਡੇ ਵੱਡੇ ਕਾਰਜਸ਼ੈਲੀ ਆ ਅਸੀਂ ਕਿਤੇ ਹਾਰਡ ਪੀਟ ਹੁੰਦਾ ਅਸੀਂ ਕੋਈ ਵੀ ਸਮਾਜਿਕ ਕੰਮਾਂ ਲਈ ਸਾਡੇ ਜਥੇਬੰਦੀ ਮੋਰੀ ਆ ਮੇਰੇ ਨਾਲ ਖੜੇ ਨੇ ਬਾਬਾ ਸਤਨਾਮ ਸਿੰਘ ਬਲੀਆਂ ਵਾਲੇ ਇਹ ਸਾਡੇ ਧਾਰਮਿਕ ਵਿੰਗ ਦੇ ਚੇਅਰਮੈਨ ਆ ਪ੍ਰਧਾਨ ਆ ਜਿੱਥੇ ਕੋਈ ਧਾਰਮਿਕ ਸਮੋਗ ਸਮਾਗਮ ਹੁੰਦੇ ਆ ਜਾਂ ਕੋਈ ਹੋਰ ਇਹੋ ਜਿਹੇ ਹੁੰਦੇ ਆ ਇਹ ਦਿਨ ਰਾਤ ਇਹੀ ਪੈਰਾ ਦਿੰਦੇ ਲੰਗਰ ਤੇ ਮਹਿਤਾ ਵਿੱਚੋਂ ਲੋੜ ਅਨੁਸਾਰ ਕਿਤੇ ਸ਼ਡਿਊਲ ਮੁਤਾਬਕ ਚੱਲਿਆ ਜਾਂਦਾ ਪਰ ਇਹ ਤੇ ਇੱਥੇ ਹੁੰਦੇ ਆ ਪਰ ਮੈਂ ਇਸ ਗੱਲੋਂ ਹੈਰਾਨ ਐ ਕਿ ਇਹ ਗੱਲਾਂ ਇਹੋ ਜਿਹੀਆਂ ਬਣਾ ਕੇ ਐਵੇਂ ਮੈਂ ਨਹੀਂ ਇਕੱਲਾ ਮੇਰੇ ਨਾਲ 4-5 ਵਿਅਕਤੀ ਹੋਰ ਸੀ ਉਸੇ ਦਿਨ ਹੀ ਜਿਹੜੇ ਜਨ ਪੱਤਰਕਾਰ ਵੀ ਸੀ ਪੱਤਰਕਾਰ ਵੀ ਸੀ ਅਕਾਲ ਚੈਨਲ ਦਾ ਪੱਤਰਕਾਰ ਸੀ ਤੇ ਇਹ ਇਹਦੇ ਨਾਲ ਹੋਰ ਇੱਕ ਭਾਈ ਰਣਜੀਤ ਸਿੰਘ ਸੀ ਜਿਹਨੇ ਪਿੰਡਰ ਵਾਲਾ ਫੈਡਰੇਸ਼ਨ ਬਣਾਈ ਹੋਈ ਹੈ ਉਹ ਸਿਮੰਡਾ ਇੱਕ ਹੋਰ ਸੀ ਤਿੰਨ ਚਾਰ ਪਰ ਉਹਨਾਂ ਨੂੰ ਵੀ 8 8 9 9 ਘੰਟੇ ਪੁੱਛ ਦਸ ਕੀਤੀ ਗਈ ਤੇ ਅਖੀਰ ਵਿੱਚ ਜਦੋਂ ਪੁੱਛ ਦਸ ਦੇ ਸਮਾਪਤੀ ਤੇ ਵੀ ਉਹਨਾਂ ਨੇ ਇਸ ਢੰਗ ਨਾਲ ਸਲੂਕ ਕੀਤਾ ਵੀ ਸਾਡੇ ਵੱਲੋਂ ਤੁਹਾਨੂੰ ਕੋਈ ਹਰਾਸਮੈਂਟ ਤਾਂ ਨਹੀਂ ਹੋਈ ਸਾਡੇ ਵੱਲੋਂ ਅਸੀਂ ਤੁਹਾਨੂੰ ਕੋਈ ਗਲਤ ਤਾਂ ਨਹੀਂ ਤੁਹਾਡੇ ਨਾਲ ਬਿਹੇਵ ਕੀਤਾ ਮੈਂ ਕਿਹਾ ਵੀ ਇੰਨਾ ਕੁਝ ਕਰਨ ਤੋਂ ਦੁਨੀਆ 'ਚ ਤੁਸੀਂ ਗਲਤ ਕਰਤਾ ਦੁਨੀਆ ਦੇ ਵਿੱਚ ਨੋਟਸ ਕੱਢਤਾ ਦੁਨੀਆ 'ਚ ਦੱਸਤਾ ਕਿ ਕਰਾਤੀ ਬੇਸਿਕਲੀ ਕਰਾਤੀ ਤੇ ਹੁਣ ਤੂੰ ਚਾਹ ਦਾ ਕੱਪ ਪਿਆ ਕੇ ਕਹੋ ਵੀ ਤੁਹਾਡੀ ਬਦਨਾਮੀ ਤਾਂ ਨਹੀਂ ਹੋਈ ਤੁਹਾਨੂੰ ਫੀਲ ਤਾਂ ਨਹੀਂ ਹੋਇਆ ਇਹ ਗੱਲਾਂ ਇਸ ਲੈਵਲ ਤੇ ਮੈਂ ਕਹਿੰਦਾ ਵੀ ਨਹੀਂ ਕਰਨੀਆਂ ਚਾਹੀਦੀਆਂ ਤੁਹਾਨੂੰ ਸਮਝ ਕੇ ਆ ਬੇਸਿਕਲੀ ਐਨਆਈ ਨੇ ਕਰਨ ਦੀ ਕੋਸ਼ਿਸ਼ ਕੀਤੀ ਇਹ ਸਾਰੀ ਪੂਰੀ ਜਿਹੜੀ ਵਿਉਂਤਬੰਦੀ ਹੋਈ ਨੋਟਿਸ ਕੱਢੋ ਸਮਨ ਕੱਢੋ ਬੇਸਿਕਲੀ ਲੋਕਾਂ ਨੂੰ ਡਰਾਉਣ ਦੀ ਤੁਹਾਡੇ ਵਰਗੀ ਜੱਥੇਬੰਦੀਆਂ ਨੂੰ ਥੋੜਾ ਜਿਹਾ ਘੋਰਨ ਦੀ ਕੋਸ਼ਿਸ਼ ਸੀ ਏਜੰਸੀਆਂ ਵੱਲੋਂ ਭਾਰਤੀ ਏਜੰਸੀਆਂ ਮੈਨੂੰ ਇਹ ਹੀ ਲੱਗਦਾ ਹੈ ਕਿ ਇਹਨਾਂ ਨੂੰ ਸੀ ਕਿ ਜੇ ਜੇ ਪੰਜਾਬ ਦਾ ਕੋਈ ਮਸਲਾ ਹੁੰਦਾ ਹੈ ਹੁਣ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਤੁਹਾਡਾ ਕੀ ਇਹ ਪੁੱਛਿਆ ਮੈਨੂੰ ਮੈਂ ਕਿਹਾ ਜਿਹੜੀਆਂ 31 ਜਥੇਬੰਦੀਆਂ ਦੀ ਆਗੂ ਹੈ ਨਾ ਉਹਨਾਂ ਵਿੱਚ ਵੀ ਅਸੀਂ ਪਾਰਟਿਸਿਪੇਟ ਕਰਦੇ ਆਂ ਸਾਡਾ ਜਿਹੜਾ ਇੰਟਰਨੈਸ਼ਨਲ ਪੰਥਕ ਦਲ ਦਾ ਕਿਸਾਨ ਵਿੰਗ ਹੈ ਉਹ ਵੀ 31ਾਂ ਦੇ ਵਿੱਚ ਪਾਈਵਾਲ ਹੈ ਤੁਸੀਂ ਲਿਸਟ ਪੜ੍ਹੋ ਜਿਹੜਾ ਨੰਬਰ 29 ਹੈ 29 ਹੈ ਉਹ ਸਾਡੇ ਜਥੇਬੰਦੀ ਦਾ ਨੰਬਰ ਹੈ ਸਰਦਾਰ ਕਿਰਪਾ ਸਿੰਘ ਜਿਹੜੇ ਪ੍ਰਧਾਨ ਨੇ ਕਿਸਾਨ ਬਚਾਓ ਮੋਰਚੇ ਦਾ ਉਹ ਮੋਰਚਾ ਸਾਡੀ ਇੰਟਰਨੈਸ਼ਨਲ ਪੰਥਕ ਦਲ ਦਾ ਵਿੰਗ ਹੈ ਇਸ ਕਰਕੇ ਤੁਸੀਂ ਇਹ ਕਹੋ ਕਿ ਸੰਜਤ ਬੰਦੇ ਅਸੀਂ ਕਿਉਂ ਤਰ੍ਹਾਂ 26 27 ਤਰੀਕ ਨੂੰ ਹੀ ਜਦੋਂ 26 27 ਨਵੰਬਰ ਨੂੰ ਇਹ ਕਾਫਲਾ ਇੱਧਰ ਆ ਰਿਹਾ ਸੀ ਉਦੋਂ ਵੀ ਭਾਈ ਕਿਰਪਾ ਸਿੰਘ ਲਖਵਿੰਦਰ ਸਿੰਘ ਹੋਰ ਸਾਡੇ ਬਹੁਤ ਭਾਈ ਗੁਰਨਾਬ ਸਿੰਘ ਫਰੋਜਪੁਰ ਬਹੁਤ ਸਾਰੇ ਬੰਦੇ ਸਾਡੇ ਜ਼ਖਮੀ ਹੋ ਗਏ ਉਹਨਾਂ ਦੀ ਸਾਰ ਸੰਭਾਲ ਵਾਸਤੇ ਅਸੀਂ ਤੁਰੰਤ ਫੈਸਲਾ ਲਿਆ ਕਿ ਸਾਨੂੰ ਡਾਕਟਰਾਂ ਦੀ ਸਲਾਹ ਦੇ ਨਾਲ ਇੱਥੇ ਮੈਡੀਕਲ ਕੈਂਪ ਲਾਉਣਾ ਚਾਹੀਦਾ ਅਸੀਂ ਤੁਰੰਤ ਹੀ ਆਏ ਤੇ ਇਹਦੇ ਵਿੱਚ ਸਾਡੇ ਨਾਲ ਜਿਹੜਾ ਜਲੰਧਰ ਤੋਂ ਪੂਰਥੀ ਗਰੁੱਪ ਆ ਡਾਕਟਰ ਪ੍ਰੂਥੀ ਨੇ ਚਰਨਜੀਤ ਸਿੰਘ ਪ੍ਰੂਥੀ ਉਹਨਾਂ ਨਾਲ ਮੈਂ ਰਹਿ ਕੀਤੀ ਕਿ ਸਾਨੂੰ ਕੀ ਕਰਨਾ ਚਾਹੀਦਾ ਕਹਿੰਦੇ ਕਹਾਣੀ ਕੀ ਮੈਂ ਕਿਹਾ ਜੀ ਤੁਸੀਂ ਤੇ ਡਾਕਟਰ ਤੁਸੀਂ ਜਾ ਕੇ ਸਮਝ ਸਕਦੇ ਆਂ ਬੰਦਿਆਂ ਦੀਆਂ ਅੱਖਾਂ 'ਚ ਦਰਦ ਸਿਰ 'ਚ ਦਰਦ ਕਈ ਹਾਰਟ ਦੇ ਪੇਸ਼ੈਂਟ ਐ ਉਹਨਾਂ ਨੂੰ ਤੁਸੀਂ ਦੇਖੋ ਚੱਲ ਕੇ ਉਹਨਾਂ ਨੇ ਐਮਬੀਬੀਐਸ ਡਾਕਟਰ 2 ਸਾਡੇ ਨਾਲ ਟੀਮ ਭੇਜੀ ਤਿੰਨ ਉਹਨਾਂ ਦੇ ਹੈਲਪਰ ਭੇਜੇ ਵੱਡੀ ਪੱਧਰ ਤੇ ਅਸੀਂ ਕੈਂਪ ਲਾਇਆ ਉਹਨਾਂ ਤਰੰਤ ਜੋ ਦਵਾਈਆਂ ਉਹਨਾਂ ਨੂੰ ਦੱਸਿਆ ਸਾਨੂੰ ਕਿ ਇਹ ਪਤਾ ਕਰਨਾ ਚਾਹੀਦਾ ਹੈ ਕਿ ਜਿਹੜੀ ਟਾਇਰ ਗੈਸ ਛੱਡੀ ਹੈ ਉਹ ਜਹਰੀਲਾ ਕੀ ਸੀ ਉਹ ਬਾਅਦ ਚ ਪਤਾ ਲੱਗਾ ਕਿ ਉਹ ਤੇ ਟਾਇਰ ਗੈਸ ਸੀ ਉਹ ਵੈਸੀ ਐਕਸਪਾਇਰ ਹੋਏ ਸ ਗੋਲੇ ਜਿਹੜੇ ਚਲਾਏ ਆ ਨਹੀਂ ਤੇ ਟਾਇਰ ਗੈਸ ਦਾ ਘੰਟਾ 2 ਘੰਟੇ ਸਰ ਰਹਿੰਦਾ ਹੈ ਉਹ ਡਰਾਉਣ ਵਾਸਤੇ ਹੁੰਦੀ ਬੰਦਿਆਂ ਨੂੰ ਮਾਰਨ ਵਾਸਤੇ ਨਹੀਂ ਹੁੰਦੀ ਪਰ ਇਸ ਗੈਸ ਦੇ ਨਾਲ ਇੰਨੀ ਕਿਉਂਕਿ ਐਕਸਪਾਇਰ ਹੋਣ ਦੇ ਕਾਰਨ ਜਿਹੜੇ 30 35 ਬੰਦਿਆਂ ਦੀ ਮੌਤ ਹੋਈ ਤੇ ਡਾਕਟਰ ਦੱਸਦੇ ਨੇ ਕਿ ਉਸੇ ਕਾਰਨ ਹੀ ਹੋਈ ਹੈ ਕੋਈ ਹੱਡ ਦਾ ਮਰੀਜ਼ ਸੀ ਕੋਈ ਸ਼ੂਗਰ ਦਾ ਮਰੀਜ਼ ਸੀ ਜਦੋਂ ਉਹਨਾਂ ਦੇ ਦਿਮਾਗ ਨੂੰ ਚੜੀ ਉਹ ਗੈਸ ਉਹ ਗੈਸ ਹੀ ਖਰਾਬ ਸੀ ਉਸ ਕਰਕੇ ਉਹ ਗੈਸ ਉਤਰੀ ਹੋਈ ਨਹੀਂ ਇਸ ਕਾਰਨ ਵੀ ਮੁਫਤਾਂ ਹੋਈਆਂ ਨੇ ਸੋ ਇਸ ਇਹ ਜਿਹੜਾ ਸਾਰਾ ਸਬੰਧ ਆ ਨਾ ਇਹ ਸਾਨੂੰ ਲੱਗਦਾ ਹੈ ਕਿ ਜਿਹੜੇ ਪੁੱਛਿਆ ਗਿਆ ਕਿ ਕਿਸਾਨੀ ਨਾਲ ਤੁਹਾਡਾ ਕੀ ਸਬੰਧ ਹੈ ਕਿਸਾਨੀ ਨਾਲ ਤਾਂ ਸਾਡਾ ਕਿਉਂਕਿ ਸਾਡੀ ਜਥੇਬੰਦੀ 31 ਦੇ ਵਿੱਚ ਇੱਕਾ ਰੋਜ਼ ਜਿਹੜੀਆਂ ਗਵਰਨਮੈਂਟ ਨਾਲ ਲਗਾਤਾਰ ਮੀਟਿੰਗਾਂ ਹੁੰਦੀਆਂ ਉਹਦੇ ਸਾਡੇ ਨੁਮਾਇੰਦੇ ਜਾਂਦੇ ਨੇ ਆਪਣੀ ਰਾਇ ਰੱਖਦੇ ਨੇ ਜਿਹੜੀਆਂ 31 ਜਥੇਬੰਦੀਆਂ ਦੀਆਂ ਇੰਡੀਵਿਜੁਅਲ ਮੀਟਿੰਗਾਂ ਹੁੰਦੀਆਂ ਉਹਦੇ ਵਿੱਚ ਵੀ ਲਗਾਤਾਰ ਸਾਡੀ ਜਥੇਬੰਦੀ ਦਾ ਰੋਲ ਹੈ ਇਸ ਕਰਕੇ ਇਹ ਗੱਲਾਂ ਪੁੱਛਣੀਆਂ ਕਿ ਤੁਸੀਂ ਕੀ ਆ ਕਿ ਨਹੀਂ ਫਿਰ ਬਾਰ-ਬਾਰ ਇਹ ਕਹਿਣਾ ਕਿ ਸਿਕ ਸੰਘਰਸ਼ ਸਬੰਦ ਅਸੀਂ ਕੁਝ ਪੁੱਛਣਾ ਨਹੀਂ ਚਾਹੁੰਦੇ ਡਰਾਉਂਦੇ ਵੀ ਸੀ ਨਾਲ-ਨਾਲ ਕਹਿ ਰਹੇ ਸੀ ਵੀ ਇਹ ਸੰਘਰਸ਼ ਬਾਰੇ ਨਹੀਂ ਪੁੱਛਗੇ ਚਾਹੁੰਦੇ ਹਾਂ ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਸੀ ਇਹਨਾਂ ਦੀ ਨੀਤੀ ਤਾਂ ਸਾਰੀ ਇਹ ਸੀ ਵੀ ਇਹ ਕਿਸਾਨ ਜਿੱਥੇ ਬੰਦੀਆਂ ਤੋਂ ਵਿੱਚੋਂ ਸਾਥ ਸਾਢ ਕੇ ਚਲੇ ਜਾਣ ਇਹਨਾਂ ਨੂੰ ਡਰਾਉਂ ਡਰਾਉਂ ਧਮਕਾਉਣ ਦੀ ਨੀਤੀ ਸੀ ਕਿਉਂਕਿ ਮੈਂ ਬੜਾ ਕਲੀਅਰ ਸੀ ਜਿਸ ਮੈਨੂੰ ਨੋਟਿਸ ਹੈ ਤਦ ਵੀ ਮੈਨੂੰ ਕੋਈ ਡਰ ਨਹੀਂ ਸੀ ਮੈਂ ਬੜਾ ਉਦੋਂ ਪਹਿਲਾਂ ਵੀ ਪ੍ਰੈਸ ਨੂੰ ਕਿਹਾ ਵੀ ਮੈਂ ਜਿਵੇਂ ਵੀ ਹੋਵਾਂ ਮੈਂ ਇਸ ਡੋਟਸ ਦਾ ਸਾਹਮਣਾ ਕਰਾਂਗਾ ਜਾਵਾਂਗਾ ਮੈਂ ਵਕੀਲ ਨੂੰ ਨਾਲ ਲੈ ਕੇ ਜਾਵਾਂਗਾ ਤੇ ਜੋ ਹੋਊਗਾ ਅਸੀਂ ਦੱਸਾਂਗੇ ਕੌਮ ਨੂੰ ਸਾਰੇ ਸੰਘਰਸ਼ ਦੇ ਆਗੂਆਂ ਨੂੰ ਵੀ ਆਹ ਕੁਛ ਹੈਗਾ ਆਹ ਕੋਈ ਪੁੱਛਣਾ ਚਾਹੁੰਦੇ ਆ ਪਰ ਮੈਨੂੰ ਲੱਗਾ ਇਹਦੇ ਵਿੱਚ ਕੋਈ ਹੈ ਸੀ ਕੋਈ ਖਾ ਪੁੱਛਣ ਵਾਲੀ ਗੱਲ ਸੋ ਲੈ ਦੇਖੇ ਖਾਣਾ ਪੁੱਛੀ ਲੇਕਿਨ ਇਹ ਦੱਸੋ ਵੀ ਜਿਹਨੇ ਕੱਲ ਵੀ ਡਿਵੈਲਪਮੈਂਟ ਹੋਈ ਹੈ ਏਜੰਸੀਆਂ ਦਾ ਇੱਕ ਬੰਦਾ ਫੜਿਆ ਗਿਆ ਹੈਗਾ ਜਿਹਦੀ ਕੋਸ਼ਿਸ਼ ਸੀ ਵੀ ਸ਼ਰਾਰਤ ਕਰਨੀ ਸੀ 26 ਜਨਵਰੀ ਨੂੰ ਈਵਨ ਗੋਲੀ ਤੱਕ ਚਲਾਉਣ ਦੀ ਗੱਲ ਸੀ ਕਿਸਾਨ ਆਗੂਆਂ ਨੂੰ ਟਾਰਗੇਟ ਕੀਤਾ ਗਿਆ ਚਾਰ ਕਿਸਾਨ ਲੀਡਰਾਂ ਨੂੰ ਸ਼ਾਇਦ ਉਹਨਾਂ ਨੂੰ ਮਾਰਨ ਦੀ ਹੈ ਗੋਲੀ ਮਾਰਨ ਦੀ ਵੀ ਗਲਬਾਤ ਨਿਕਲ ਕੇ ਸਾਹਮਣੇ ਆਈ ਹੈ ਇੱਕ ਸਾਜ਼ਿਸ਼ ਐਵੇਂ ਥਲੇ ਘੜੀ ਜਾ ਰਹੀ ਹੈ ਅੰਡਰ ਕਵਰ ਕਾਫੀ ਕੁਝ ਹੋ ਰਿਹਾ ਹੈ ਇਹ ਗਲਬਾਤ ਨੂੰ ਕਿਵੇਂ ਲੈਂਦੇ ਇੱਕ ਪਾਸੇ ਦੇਸ਼ ਦੀਆਂ ਏਜੰਸੀਆਂ ਨੇ ਸਰਕਾਰਾਂ ਨੇ ਉਹਨਾਂ ਦੀ অথরাইਜ਼ ਏਜੰਸੀਆਂ ਤੁਹਾਡੇ ਵਰਗੇ ਲੋਕਾਂ ਨੂੰ ਪੁਰਾਣੇ ਮਾਮਲਿਆਂ 'ਚ ਸਮਝ ਜਾਰੀ ਕਰਦੀ ਹੈ ਤੇ ਦੂਜੇ ਪਾਸੇ ਉਹ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਇਹਨਾਂ ਨੂੰ ਕਿਸ ਕਿਵੇਂ ਵੀਊ ਕਰਦੇ ਹੋ ਤੁਸੀਂ ਕਿਉਂਕਿ ਤੁਸੀਂ ਵੀ ਇਹ ਸਾਰਾ ਏਜੰਸੀਆਂ ਦਾ ਕੰਮਕਾਜ ਦੇਖਦੇ ਹੋ ਨਾ ਤੁਹਾਨੂੰ ਵੀ ਕਿੰਨੇ ਧਾਕੇ ਹੋ ਚੁੱਕੇ ਇਸ ਪੂਰੀ ਮੂਵਮੈਂਟ ਦੇ ਥਰੂ ਤੁਸੀਂ ਆਏ ਹੋ ਤੇ ਆ ਜਿਹੜਾ ਕਮ ਹੈ ਇਸ ਕਿਸਾਨ ਦੇ ਸੰਘਰਸ਼ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਚਾ ਸਿੱਧੇ ਤਰੀਕੇ ਨਾਲ ਸਿੱਧੇ ਤਰੀਕੇ ਨਾਲ ਇਹਨਾਂ ਨੂੰ ਕਿਵੇਂ ਵਾਚ ਦੇਖੋ ਇਹ ਜਿਹੜਾ ਕਿਸਾਨਾਂ ਦੇ ਨਾਲ-ਨਾਲ ਹੁਣ ਵਪਾਰੀ ਮਲਾਜ਼ਮ ਮਜ਼ਦੂਰ ਸਾਰੇ ਇਹਦੇ ਨਾਲ ਜੁੜ ਗਏ ਕਿ ਇੱਕ ਹੱਕੀ ਮੰਗਾ ਨੇ ਇਹਦੇ ਸਾਨੂੰ ਹਮਦਰਦੀ ਪ੍ਰਗਟ ਹੋਣੀ ਚਾਹੀਦੀ ਹੈ ਕੇਵਲ ਇਹ ਪੰਜਾਬ ਦਾ ਸੰਘਰਸ਼ ਨਾ ਰਿਹਾ ਕਿ ਇਹ ਹੁਣ ਦੇਸ਼ ਦਾ ਹੋ ਗਿਆ ਭਾਰਤ ਭਰ ਦੇ ਕਿਸਾਨ ਭਾਰਤ ਭਰ ਦੇ ਵਪਾਰੀ ਮਜ਼ਦੂਰ ਸਭ ਇੱਥੇ ਹਾਜ਼ਰ ਪਰ ਇਹ ਕੋਈ ਟ੍ਰੇਨਡ ਜੈ ਵੈਲ ਟ੍ਰੇਨਡ ਕੋਈ ਫੌਜ ਨਹੀਂ ਹੈਗੀ ਕਿ ਇਹਨਾਂ ਨੂੰ ਇੱਕ ਡਿਸਪਲਿਨ ਦੇ ਵਿੱਚ ਬਿਠਾ ਦਈਏ ਬੈਠੇ ਰਹਿਣਗੇ ਦੇਖੋ ਇਹ ਮਹੀਨਿਆਂ ਬਾਅਦ ਦੀ ਬੈਠਿਆਂ ਨੂੰ ਜਿੰਨਾ ਮੈਂ ਸਮਝਦਾ ਭਾਈਚਾਰਾ ਇੱਥੇ ਬੈਠਾ ਹੈ ਜਿਸ ਟੰਗ ਦੇ ਨਾਲ ਜੇ ਸ਼ਾਂਤੀ ਦੇ ਨਾਲ ਜਿਸ ਮਾਹੌਲ ਵਿੱਚ ਮੈਂ ਨਹੀਂ ਵੇਖਿਆ ਕਦੇ ਇਹੋ ਜਿਹਾ ਅਸੀਂ ਮੇਲਿਆਂ 'ਚ ਵੀ ਜਾਂਦੇ ਹਾਂ ਨਾ ਵੱਡੇ ਵੱਡੇ ਮੇਲੇ ਹੁੰਦੇ ਤਾਂ ਦੋ ਤਿੰਨ ਦਿਨ ਦਾ ਹੀ ਹੁੰਦਾ ਉਹਦੇ ਵਿੱਚ ਵੀ ਸੈਂਕੜੇ ਬੰਦੇ ਪੁਲਿਸ ਦੇ ਲੱਗੇ ਹੁੰਦੇ ਵੀ ਟ੍ਰੈਫਿਕ ਇੱਧਰ ਦੀ ਕੱਢੋ ਐਂ ਕਰੋ ਫਿਰ ਲੜਾਈ ਝਗੜੇ ਹੋ ਜਾਂਦੇ ਆ ਜੇਬ ਕਤਰੇ ਆ ਜਾਂਦੇ ਕਈ ਕੁਝ ਹੋ ਜਾਂਦਾ ਪਰ ਐਸ ਇੱਥੇ ਕੁਝ ਵੀ ਨਹੀਂ ਇੱਥੇ ਇੰਨਾ ਭਾਈਚਾਰ ਆਪਸ ਵਿੱਚ ਹੀ ਬਣਿਆ ਹੋਇਆ ਹੈ ਲੋਕ ਹੈਰਾਨ ਨੇ ਕਿ ਸਾਨੂੰ ਐਵੇਂ ਪੋਲੀਟਿਕਲ ਲੋਕਾਂ ਨੇ ਵੰਡਿਆ ਹੋਇਆ ਵੀ ਆ ਗੁਜਰਾਤੀ ਆ ਪੰਜਾਬੀ ਆ ਹਰਿਆਣਵੀ ਆ ਆ ਰਾਜਸਥਾਨੀ ਆ ਇਹ ਕੁਝ ਵੀ ਨਹੀਂ ਅਸੀਂ ਇਨਸਾਨ ਆ ਸਾਰੇ ਇਕੱਠੇ ਆ ਇਸ ਚੀਜ਼ ਤੋਂ ਵੀ ਗਵਰਨਮੈਂਟ ਘਬराई ਹੋਈ ਆ ਵੀ ਇੰਨਾ ਸ਼ਾਂਤਮਈ ਦੁਨੀਆ ਦੇ ਵਿੱਚ ਇਸ ਦੀ ਚਰਚਾ ਹੋ ਰਹੀ ਆ ਤੇ ਇਹਨੂੰ ਇਸ ਤਰ੍ਹਾਂ ਹੀ ਸ਼ਾਂਤ ਰੱਖਣਾ ਕਿਸਾਨਾਂ ਦੇ ਵਸ ਦੀ ਗੱਲ ਨਹੀਂ ਜਿਵੇਂ ਹੁਣ ਕੱਲ ਵੀ ਪਹਿਲਾਂ ਵੀ ਦੋ ਤਿੰਨ ਦਿਨ ਇੱਕ ਦੋ ਬੰਦੇ ਫੜੇ ਗਏ ਕਿਸ ਨੇ ਇਥੇ ਟੈਂਟ ਨੂੰ ਅੱਗ ਲਾਤੀ ਉਹ ਫੜਿਆ ਬਾਅਦ ਵਿੱਚ ਨਹੀਂ ਜੀ ਇਹ ਮੈਂਟਲੀ ਪਰੇਸ਼ਾਨ ਸੀ ਅਕਸਰ ਹੀ ਏਜੰਸੀਆਂ ਇਹ ਗੱਲਾਂ ਕਹਿੰਦੀਆਂ ਬਾਅਦ ਚ ਕੱਲ ਇੱਕ ਫੜਿਆ ਵੀ ਉਹ ਕੁਝ ਕਿਸਾਨਾਂ ਨੂੰ ਮਰਡਰ ਕਰਨ ਦਾ ਜਾਂ ਕਈ ਬੰਦੇ ਮਾਰਨ ਦਾ ਉਹਦਾ ਮਨਸੂਬਾ ਸੀ ਉਹ ਆਪ ਟੈਲੀਵਿਜ਼ਨ ਤੇ ਲਾਈਵ ਉਹ ਕਹ ਦੱਸ ਰਿਹਾ ਸੀ ਤੋਂ ਮੈਨੂੰ ਲੱਗਦਾ ਹੈ ਕਿ ਇਸ ਲੈਵਲ ਤੇ ਨਹੀਂ ਜਾਣਾ ਚਾਹੀਦਾ ਗਵਰਨਮੈਂਟ ਨੂੰ ਸਿੱਧੇ ਪੱਧਰੇ ਟੰਗ ਦੇ ਨਾਲ ਠੀਕ ਹੈ ਗਵਰਨਮੈਂਟ ਨੇ ਬਹੁ ਮੀਟਿੰਗਾਂ ਕੀਤੀਆਂ ਗੱਲ ਮਕਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਲੈਵਲ ਤੇ ਨਹੀਂ ਆਏ ਜਿਹੜੀ ਗੱਲ ਉਹ ਖੁਦ ਮਕਾਉਣਾ ਚਾਹੁੰਦੇ ਸੀ ਵੀ ਆਪਾਂ ਇਹ ਬਿੱਲਾਂ ਨੂੰ ਤੁਸੀਂ ਵਾਪਸ ਲੈ ਲਓ ਤੇ ਇਹ ਤਾਂ ਸਾਡਾ ਸੰਘਰਸ਼ ਖਤਮ ਹੋਊਗਾ ਇਹ ਦੀ ਜਿਹੜੀ ਡਿਟੇਲ ਹੈ ਉਹ ਮੈਂ ਅਥਾਰਟੀ ਨਹੀਂ ਕਿ ਮੈਂ ਉਹਨਾਂ ਨੂੰ ਐਕਸਪਲੇਨ ਕਰਾਂ ਇਹ ਤੇ ਜਿਹੜੀਆਂ ਸਾਡੀਆਂ 31 ਜਥੇਬੰਦੀਆਂ ਦੀ ਆਗੂ ਨੇ ਉਹ ਰੋਜ਼ ਪ੍ਰੈਸ ਕਾਨਫਰੰਸ ਕਰਦੇ ਆ ਤੇ ਰੋਜ਼ ਲਾਈਵ ਹੋ ਕੇ ਰੋਜ਼ ਦੀ ਜੋ ਗਤਿਵਧੀਆਂ ਹੁੰਦੀਆਂ ਉਹਨੂੰ ਦੱਸਦੇ ਆ ਇਸ ਕਰਕੇ ਉਹ ਹੀ ਦੱਸ ਸਕਦੇ ਆ ਤੇ ਉਹ ਉਹਨਾਂ ਨੂੰ ਹੀ ਦੱਸਣਾ ਚਾਹੀਦਾ ਚਲੋ ਰੋਡਸਾ ਬਹੁਤ ਬਹੁਤ ਧੰਨਵਾਦ ਜੀ ਪਾਇਜਸਪੀਰ ਸਿੰਘੀ ਰੋਡੇ ਜਿਨ੍ਹਾਂ ਤੋਂ NIA ਨੇ तकरीबन 4.5 ਘੰਟੇ ਪੁੱਛਗਿੱਛ ਹੋਈ ਤੇ ਉਸ ਪੁੱਛਗਿੱਛ ਦੇ ਵਿੱਚ ਕੀ ਕੁਝ ਪੁੱਛਿਆ ਜ਼ਿਆਦਾ ਉਹਦਾ ਮੂੰਹ ਸਿਰ ਪੈਰ ਨਹੀਂ ਨਿਕਲਿਆ ਲੇਕਿਨ SFJ ਦੇ ਨਾਲ ਜੋੜ ਕੇ ਕਿਤੇ ਨਾ ਕਿਤੇ ਇਹਨਾਂ ਦੇ ਜੱਥੇਬੰਦੀ ਨੂੰ ਦੇਖੇ ਜਾਂਦੀਆਂ ਕੋਸ਼ਿਸ਼ਾਂ ਰਹੀਆਂ ਤੇ NIA ਨੇ ਬਾਅਦ ਦੇ ਵਿੱਚ ਇਹਨਾਂ ਨੂੰ ਇਹ ਵੀ ਕਿਹਾ ਵੀ ਕੋਈ ਜ਼ਿਆਦਾ ਖੇਚਲ ਤਾਂ ਨਹੀਂ ਹੋ ਜਦਕਿ ਖੇਚਲ ਤਾਂ ਬਹੁਤ ਹੋ ਚੁੱਕੀ ਸੀ ਲੇਕਿਨ ਫਿਰ ਵੀ ਅਸੀਂ ਦੇਖ ਪਾ ਰਹੇ ਹਾਂ ਵੀ ਜਿਹੜੀ ਜੱਥੇਬੰਦੀਆਂ ਖਾਸ ਕਰਕੇ ਜਿਨ੍ਹਾਂ ਦਾ ਪਿਛੌਕੜ ਕੁਝ ਹੱਦ ਤੱਕ ਕੁਝ ਮੂਵਮੈਂਟ ਦੇ ਨਾਲ ਜੁੜਿਆ ਹੋਇਆ ਉਹ ਕਿਤੇ ਨਾ ਕਿਤੇ ਦੇਸ਼ ਦੇ ਏਜੰਸੀਆਂ ਦੇ ਰਡਾਰ ਤੇ ਇਸ ਵਾਸਤੇ ਵੀ ਏਜੰਸੀਆਂ ਸਮਝਦੀਆਂ ਨੇ ਵੀ ਇਸ ਮੂਵਮੈਂਟ ਨੂੰ ਮਦਦ ਜਿਹੜੀ ਮਿਲ ਰਹੀ ਹੈ ਉਸ ਉੱਤੇ ਸਵਾਲ ਕਰਨਾ ਉਹਨਾਂ ਲਈ ਵਾਜਿਬ ਹੈ ਲੇਕਿਨ ਅਸੀਂ ਵੇਖ ਪਾ ਰਹੇ ਹਾਂ ਜੋ ਇਸ ਵਕਤ ਦਾ ਗਰਾਊਂਡ ਹਾਲਾਤ ਹੈਗੇ ਨੇ ਇੱਥੇ ਜਿਹੜੀ ਸਮਰਥਨ ਆ ਰਿਹਾ ਇੱਥੇ ਜਿਹੜੀ ਰਸਦ ਆ ਰਹੀ ਹੈ ਇਮਦਾਦ ਆ ਰਹੀ ਹੈ ਉਹ ਲੋਕਾਂ ਵੱਲੋਂ ਆ ਰਹੀ ਹੈ ਉਸ ਰਾਤ ਦੇ ਵਿੱਚ ਕਿੰਨੀ ਕੁ ਸਹੀ ਹੈਗੀਆਂ ਨੇ ਐਨਆਈਏ ਦੇ ਨੋਟਿਸਸ ਜਾਂ ਇੱਕ ਇਹਨੀਆਂ ਤਰਤੀਬਾਂ ਤਰਕੀਬਾਂ ਜੋ ਕੇਂਦਰ ਦੀਆਂ ਏਜੰਸੀਆਂ ਚਲਦਿਆਂ ਨੇ ਇਹ ਤਾਂ ਸਾਡੇ ਸਰੋਤੇ ਖੁਦ ਸਮਝ ਸਕਦੇ ਨੇ सो सिंगू बॉर्डर तो कॅमरामॅन ललित पांडे देणार रितेश लखी वर्ल्ड पंबी टी ली, पैसा बहुत बहुत धन्यवाद जी थँक्यू वर जी